सतनाम श्री वाहे गुरु साहिब जियो मलार महला चौथा गंगा जमुना गोदावरी सरस्वती ते करहें उद्दम तूर साधु की ताई केल विख मैल परे परे हमरे विच हमारी मैल साधु की तूर गवाई गंगा यमुना गोदावरी सरस्वती ते करहें उद्दम तूर साधु की ताई केल विख मैल परे परे हमरे विच हमारी मैल साधु की तूर गवाई तीरत आठ साठ मज्जन नाई सद संगत की तूर पारी उड नेत्री सब दुर्मत में लगवाई रहाओ जाहर नवी तपे पागीरथ आणी केदार थाप्यो महसाई कांसी कृष्ण चरावत गाओ मिल हर जन सो बापाई जितने तीरथ देवी थापे सब तितने लोचें तूर साधु की ताई हर का संत मिले गुर साधु ले तिसकी तूर मुख लाई जितनी सृष्ट तुमरी मेरे स्वामी सब तितनी लोचे तूर साधु की ताई नानक लिलाट हुवे जिस लिखिया तिस साधु तूर दे हर पार लंघाई जितनी सृष्ट तुम्हारी मेरे स्वामी सब तितनी लोचे तूर साधु की ताई
नानक लिलाट होवे जिस लिखिया तिस साधु धूर दे हर पार लंघाई। वाहिगुरु जी का खालसा, वाहिगुरु जी की फतेह। परम सत्कार योग जुगो जुग अटल, वालिए दो जहान चावर ताखत छतर दे मालिक, धन धन साहिब श्री गुरु ग्रंथ साहिब जी दी पावन पवित्र हजूरी विच सज बैठी, गुरु प्यारी गुरु सवारी सत संगत जियो, अमृत वेले दे दीवाना विच गुरु गोद दा आनंद माणदे होया जिस पावन शब्द दा मूल पाठ आप सब संगता ने श्रद्धा अते प्रेम दे नाल सरवण करना कीता है, एह पावन शब्द सोढ़ियां दे सुल्तान धन धन साहिब श्री गुरु रामदास सचे पातशाह जी दा राग मलार दे विच उचारण कीता होया शब्द है। पावन अंग 1263 उपर यह शब्द सुभायमान है। इस शब्द दे विच श्री गुरु रामदास सचे पातशाह जी धार्मिक जगत दे विच जिन्हां दी सब तो वध महानता है, जिन्हां दी महानता नूं पार ब्रह्म परमेश्वर परमात्मा भी मनदा है, सतगुरु सचे पातशाह जी ने ऐसे महापुरश गुरमुख गुरसिख रब दे प्यारे रंग रत्तियां दा जिक्र कीता है कि ऐसे रब दे प्यारे जो 8 पहर साला है सिरजनहार तू हर सां दे नाल जिहड़े उस अकाल पुरख पार ब्रह्म परमेश्वर परमात्मा नूं जपदे ने ना, ਉਹ ਖੁਦ ਚੱਲਦੇ ਫਿਰਦੇ ਤੀਰਥ ਨੇ।
ਜਿਸ ਤਰ੍ਹਾਂ ਇਸ ਦੇਸ਼ ਦੇ ਵਿੱਚ ਮਨੌਤ ਹੈ ਕਿ ਤੀਰਥਾਂ ਉੱਪਰ ਜਾਈਏ, ਇਸ਼ਨਾਨ ਪਾਨ ਕਰੀਏ ਤਾਂ ਪਾਪ ਦੂਰ ਹੋ ਜਾਂਦੇ ਹੈ, ਵਿਸ਼ੇ ਵਿਕਾਰਾਂ ਦੀ ਮੈਲ ਘਟਦੀ ਖਤਮ ਹੁੰਦੀ ਹੈ, ਮਨੋਤ ਹੈ। ਸਾਧ ਸੰਗਤ ਜੀ, ਉਵੇਂ ਹੀ ਇਸ ਦੇਸ਼ ਵਿੱਚ ਇਹ ਵੀ ਲੋਕ ਮੰਨਦੇ ਹੈ ਕਿ ਜਿਹੜੇ ਪਰਮੇਸ਼ਰ ਦਾ ਨਾਮ ਜਪਦੇ ਹੈ, ਬੰਦਗੀ ਕਰਦੇ ਹੈ, ਈਸ਼ਵਰ ਚਿੰਤਨ ਕਰਦੇ ਹੈ, ਐਸੇ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਕਰਨ ਦੇ ਨਾਲ ਮਨੁੱਖ ਦੇ ਪਾਪ, ਅਪਰਾਧ, ਵਿਸ਼ੇ, ਵਿਕਾਰ, ਇਹ ਮਲੀਨਤਾ ਦੂਰ ਹੋ ਜਾਂਦੀ ਹੈ। ਮੂਲ ਰੂਪ ਦੇ ਵਿੱਚ ਇਸ ਸ਼ਬਦ ਦੇ ਵਿੱਚ ਤੀਰਥ, ਚਰਨ, ਧੂੜ ਇਤਿਆਦਿਕ ਸਾਧ ਸੰਗਤ ਜੀ ਸ਼ਬਦ ਵਰਤੇ ਗਏ ਨੇ। ਸੋ ਆਓ ਪਰਮੇਸ਼ਰ ਦੇ ਪਿਆਰਿਆਂ ਨੂੰ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਤੀਰਥ ਦੇ ਸਮਾਨ ਮਰਤਬਾ ਬਖਸ਼ਿਆ ਹੈ। ਉਹ ਕਿਹੜੀ ਗੱਲ ਕਰਕੇ ਬਖਸ਼ਿਆ ਹੈ? ਸਾਰੇ ਹੀ ਗੁਰੂ ਕਿਰਪਾ ਸਦਕਾ ਆਪਣੀ ਸੁਰਤ ਨੂੰ ਸ਼ਬਦ ਦੇ ਨਾਲ ਜੋੜੀਏ। ਕਰੋ ਕਿਰਪਾ ਸਾਧ ਸੰਗਤ ਜੀ, ਸਾਰੀਆਂ ਸੰਗਤਾਂ, ਵਾਹਿਗੁਰੂ 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 ਮਲਾਰ ਮਹੱਲਾ ਚੌਥਾ ਗੰਗਾ ਯਮੁਨਾ ਗੋਦਾਵਰੀ ਸਰਸਵਤੀ ਤੇ ਕਰਹਿ ਉਦਮ ਧੂਰ ਸਾਧੂ ਕੀ ਤਾਈ। ਜਿਸ ਤਰ੍ਹਾਂ ਸੂਰਜ ਦੀ ਚਾਲ ਦਾ ਮੌਸਮ ਦੇ ਉੱਪਰ ਫਰਕ ਪੈਂਦਾ ਹੈ, ਸੂਰਜ ਭਾਵੇਂ ਇੱਕ ਹੈ ਪਰ ਗੁਰੂ ਪਿਆਰੀ ਸਾਧ ਸੰਗਤ ਜੀ ਜਦੋਂ ਉਹ ਪੂਰਬ ਦਿਸ਼ਾ ਦੇ ਵੱਲ ਹੁੰਦਾ ਹੈ ਉਦੋਂ ਹੋਰ ਤਰ੍ਹਾਂ ਦਾ ਮੌਸਮ ਹੁੰਦਾ ਹੈ, ਜਦੋਂ ਪੱਛਮ ਦਿਸ਼ਾ ਦੇ ਵੱਲ ਹੁੰਦਾ ਹੈ ਉਦੋਂ ਹੋਰ ਤਰ੍ਹਾਂ ਦਾ ਮੌਸਮ ਹੁੰਦਾ ਹੈ, ਜਦੋਂ ਪੂਰਬ ਪੱਛਮ ਦੇ ਬਿਲਕੁਲ ਵਿਚਕਾਰ ਜਿਹਨੂੰ ਦੁਪਹਿਰ ਕਹਿੰਦੇ ਆ ਉਦੋਂ ਮੌਸਮ ਹੋਰ ਤਰ੍ਹਾਂ ਦਾ ਹੁੰਦਾ ਹੈ। ਸੂਰਜ ਇੱਕ ਹੈ, ਰੁੱਤਾਂ ਮੌਸਮ ਬਦਲਦੀਆਂ, ਇਹਦਾ ਸੁਭਾਅ ਬਦਲਦਾ। ਐਵੇਂ ਅਕਾਲ ਪੁਰਖ ਪਾਰ ਬ੍ਰਹਮ ਪਰਮੇਸ਼ਰ ਪਰਮਾਤਮਾ ਇੱਕ ਹੈ ਪਰ ਸੰਸਾਰ ਦੇ ਵਿੱਚ ਵੱਖਰੇ ਵੱਖਰੇ ਦੇਸ਼ਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਦਾ ਸੁਭਾਅ
ਵਿਚਾਰ, ਬੋਲੀ, ਪਹਿਰਾਵਾ, ਖਾਣ ਪੀਣ ਅਲੱਗ ਅਲੱਗ ਹੈ। ਇਸੇ ਤਰ੍ਹਾਂ ਇਸ ਦੇਸ਼ ਦੇ ਵਿੱਚ ਜਿਹੜੇ ਲੋਕ ਰਹਿੰਦੇ ਆ, ਬਹੁਤਿਆਂ ਦੀ ਸਾਧ ਸੰਗਤ ਦੀ ਸ਼ਰਧਾ ਹੈ ਤੀਰਥਾਂ 'ਤੇ, ਭਾਵੇਂ ਉਹ ਕਿਸੇ ਵੀ ਮਤ ਦਾ ਹੈ। ਸਨਾਤਨ ਅਰਥਾਤ ਹਿੰਦੂ ਮਤ ਦਾ, ਸਿੱਖ ਮਤ ਦਾ, ਮੁਸਲਮਾਨ ਮਤ ਦਾ ਜਾਂ ਈਸਾਈ ਮਤ ਦਾ। ਇਸ ਦੇਸ਼ ਦੀ ਮਿੱਟੀ ਦੇ ਵਿੱਚ ਇਹ ਗੁਣ ਹੈ ਕਿ ਜਿਹੜਾ ਵੀ ਇਸ ਮਿੱਟੀ ਤੋਂ ਪੈਦਾ ਹੁੰਦਾ ਹੈ, ਬਹੁਤਾਤ ਮਾਤਰਾ ਦੇ ਵਿੱਚ ਤੀਰਥਾਂ 'ਤੇ ਬਹੁਤ ਸ਼ਰਧਾ ਰੱਖਦਾ ਹੈ। ਧਾਰਮਿਕ ਜਗਤ ਦੇ ਵਿੱਚ ਇਹ ਆਮ ਤੌਰ 'ਤੇ ਕਿਹਾ ਜਾਂਦਾ ਹੈ ਕਿ ਤੀਰਥਾਂ 'ਤੇ ਜਾ ਕੇ ਇਸ਼ਨਾਨ ਕਰਨ ਦੇ ਨਾਲ ਮਨੁੱਖ ਦੇ ਪਾਪਾਂ ਦੀ ਨਿਵਿਰਤੀ ਹੁੰਦੀ ਹੈ, ਮਨ ਦੀ ਮੈਲ ਦੂਰ ਹੁੰਦੀ ਹੈ। ਇਹ ਮੰਨਦੇ ਆ ਲੋਕਾਂ ਦੀ ਸ਼ਰਧਾ ਹੈਗੀ। ਤਾਂ ਹੀ ਤਾਂ ਵੱਖਰੇ ਵੱਖਰੇ ਸਮਿਆਂ ਦੇ ਵਿੱਚ ਵੱਖਰੇ ਵੱਖਰੇ ਤੀਰਥਾਂ 'ਤੇ ਬਹੁਤ ਜ਼ਿਆਦਾ ਬੇਹਿਸਾਬ ਭੀੜ ਹੁੰਦੀ ਹੈ, ਭਾਵੇਂ ਹਿੰਦੂ ਮਤ ਦਾ ਤੀਰਥ ਹੈ, ਭਾਵੇਂ ਸਿੱਖ ਮਤ ਦਾ ਤੀਰਥ ਹੈ। ਲੋਕ ਜਾਂਦੇ ਆ, ਇਸ਼ਨਾਨ ਕਰਦੇ ਆ, ਉਹ ਜਲ ਇੱਥੋਂ ਤੱਕ ਤਾਂ ਲੋਕ ਘਰ ਵੀ ਲੈ ਕੇ ਆਉਂਦੇ ਆ। ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਪ੍ਰਮਾਣ ਦਿੱਤਾ ਹੈ ਹਿੰਦੂ ਮਤ ਦੇ ਤੀਰਥਾਂ ਦਾ। ਹਿੰਦੂ ਮਤ ਦੇ ਵਿੱਚ 68 ਤੀਰਥ ਮੰਨੇ ਗਏ ਨੇ, ਮਤਲਬ 68 ਤੀਰਥ। ਇਹਨਾਂ ਦੇ ਵਿੱਚੋਂ ਸਭ ਤੋਂ ਸ਼੍ਰੋਮਣੀ, ਸਭ ਤੋਂ ਵੱਡਾ ਤੀਰਥ ਮੰਨਦੇ ਆ ਹਿੰਦੂ ਮਤ ਦੇ ਲੋਕ ਗੰਗਾ। ਪਰ ਯਮੁਨਾ ਹੋ ਗਈ, ਗੋਦਾਵਰੀ ਹੋ ਗਈ, ਸਰਸਤੀ ਹੋ ਗਈ, ਕਾਵੇਰੀ ਹੋ ਗਈ, ਬਹੁਤ ਨਦੀਆਂ ਹੋ ਜਾਂਦੀਆਂ। ਇਹਨਾਂ ਸਾਰਿਆਂ ਤੀਰਥਾਂ ਦੇ ਵਿੱਚੋਂ ਗੰਗਾ ਉਹ ਸਭ ਤੋਂ ਵੱਡਾ ਅਤੇ ਮਹਾਨ ਤੀਰਥ ਮੰਨਿਆ ਜਾਂਦਾ ਹੈ। ਲੋਕਾਂ ਦੀ ਸੋਚ ਹੈ ਕਿ ਅਗਰ ਗੰਗਾ ਦੇ ਵਿੱਚ ਇਸ਼ਨਾਨ ਕਰੀਏ ਤਾਂ ਪਾਪ ਖਤਮ ਹੁੰਦੇ ਹੈ, ਮਨ ਦੀ ਮੈਲ ਖਤਮ ਹੁੰਦੀ ਹੈ। ਹਿੰਦੂ ਮਤ ਦੇ ਵਿੱਚ ਚਾਰ ਕੁੰਭ ਅਤੇ ਚਾਰ ਕੁੰਭੀਆਂ ਲੱਗਦੀਆਂ। ਹਰ ਜਗ੍ਹਾ 'ਤੇ ਕੁੰਭ 12 ਸਾਲ ਬਾਅਦ ਆਉਂਦਾ ਹੈ। ਹਰਿਦੁਆਰ, ਇਲਾਹਾਬਾਦ, ਹੋਰ ਦੋ ਐਸੀਆਂ ਜਗ੍ਹਾ ਨੇ ਜਿੱਥੇ 12 ਸਾਲੀ ਕੁੰਭ ਲੱਗਦਾ। ਇਸ ਕਰਕੇ ਲੱਗਦਾ ਹੈ ਕਿਉਂਕਿ ਇਸ ਜਗ੍ਹਾ ਤੋਂ ਗੰਗਾ ਨਦੀ ਵਗਦੀ ਹੈ। ਲੋਕ ਬੜੇ ਇਕੱਠੇ ਹੁੰਦੇ, ਬੜੇ ਨਹਾਉਂਦੇ ਆ, ਬੜੇ ਧੋਂਦੇ ਆ। ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਹੈ ਕਿ ਗੰਗਾ ਨਦੀ ਜਿਹਨੂੰ ਮਹਾਨ ਮੰਨਦੇ ਆ ਲੋਕ, ਇਹ ਐਸਾ ਤੀਰਥ ਹੈ ਕਿ ਰੱਬ ਦੇ ਪਿਆਰਿਆਂ ਦੀ ਚਰਨ ਧੂੜ ਸਪਰਸ਼ ਕਰਨ ਦੇ ਵਿੱਚ ਇਹ ਹਰ ਸਮੇਂ ਲਲਾਇਤ ਰਹਿੰਦੀ ਹੈ। ਗੰਗਾ, ਯਮੁਨਾ, ਗੋਦਾਵਰੀ, ਸਰਸਵਤੀ ਤੇ ਕਰੈ ਉੱਦਮ ਧੂਰ ਸਾਧੂ ਕੀ ਤਾਈ। ਜਿਵੇਂ ਲੋਕ ਉੱਦਮ ਕਰਦੇ ਆ, ਮਿਹਨਤ ਕਰਦੇ ਆ, ਆਪਣੇ ਘਰਾਂ ਤੋਂ ਤੁਰ ਕੇ ਜਾਂਦੇ ਆ, ਇਹਨਾਂ ਤੀਰਥਾਂ 'ਚ ਇਸ਼ਨਾਨ ਕਰਦੇ ਆ, ਐਵੇਂ ਇਹ ਤੀਰਥ ਉੱਦਮ ਕਰਦੇ ਆ, ਮਿਹਨਤ ਕਰਦੇ ਆ, ਜਿੱਥੇ ਰੱਬ ਦੇ ਪਿਆਰੇ ਹੁੰਦੇ ਨੇ ਨਾ, ਰੰਗ ਰੱਤੇ ਹੁੰਦੇ ਆ, ਜੋ ਹਰ ਸਮੇਂ ਈਸ਼ਵਰ ਚਿੰਤਨ ਕਰਦੇ ਆ, ਉਹਨਾਂ ਦੀ ਚਰਨ ਧੂੜ ਦੇ ਵਿੱਚ ਇਸ਼ਨਾਨ ਕਰਕੇ ਆਈਏ। ਕਿਉਂ, ਕਾਰਨ ਕੀ ਹੈ? ਕਿਲ ਵਿਖ ਮੈਲ ਭਰੇ ਭਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂਰ ਗਵਾਈ। ਲੋਕ ਇਸ਼ਨਾਨ ਕਰਦੇ ਆ ਤੀਰਥਾਂ ਵਿੱਚ, ਆਪਣੇ ਪਾਪਾਂ ਦੀ ਮੈਲ ਤੀਰਥਾਂ ਵਿੱਚ ਛੱਡ ਆਉਂਦੇ ਆ, ਅਤੇ ਤੀਰਥਾਂ ਦੇ ਵਿੱਚ ਇੰਨੀ ਤਾਕਤ ਨਹੀਂ ਹੈਗੀ ਕਿ ਉਹਨਾਂ ਦੇ ਪਾਪਾਂ ਦੀ ਮੈਲ ਨੂੰ ਖਤਮ ਕਰਕੇ ਫਿਰ ਉਹ ਬਿਲਕੁਲ ਪਵਿੱਤਰ ਹੋ ਜਾਣ।
ਮੈਲੇ ਹੋ ਜਾਂਦੇ ਤੀਰਥ। ਫਿਰ ਸਾਧ ਸੰਗਤ ਜੀ, ਇਹ ਤੀਰਥ ਆਪਣੀ ਮੈਲ ਨੂੰ ਦੂਰ ਕਰਨ ਦੇ ਲਈ ਸੰਤਾਂ ਮਹਾਂਪੁਰਸ਼ਾਂ ਦੀ ਚਰਨ ਧੂੜ ਸਪਰਸ਼ ਕਰਨਾ ਲੋਚਦੇ ਹੈ ਕਿ ਸੰਸਾਰ ਦੇ ਲੋਕ ਜੋ ਵਿਸ਼ੇ ਵਿਕਾਰਾਂ ਦੀ ਮੈਲ ਦੇ ਨਾਲ ਸਾਨੂੰ ਗੰਦਾ ਕਰ ਗਏ ਨੇ, ਅਸੀਂ ਆਪਣੀ ਨਿਵਿਰਤੀ ਕਰੀਏ ਰੰਗ ਰੱਤੇ ਰੱਬ ਦੇ ਪਿਆਰਿਆਂ ਦੀ ਚਰਨ ਧੂੜ ਵਿੱਚ। ਇੱਕ ਦੋ ਪ੍ਰਮਾਣ ਆਉਂਦੇ ਆ ਸਿੱਖ ਮਤ ਦੇ ਵਿੱਚ ਵੀ, ਇੱਕ ਸਾਖੀ ਆਉਂਦੀ ਹੈ, ਇੱਕ ਕਹਾਣੀ ਆਉਂਦੀ ਹੈ। ਕਈ ਵਿਦਵਾਨ ਮੰਨਦੇ ਆ, ਕਈ ਨਹੀਂ ਮੰਨਦੇ। ਭਾਈ ਲਹਿਣਾ ਜੀ ਜਦੋਂ ਪਹਿਲੀ ਵਾਰ ਸ਼੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਸ਼੍ਰੀ ਕਰਤਾਰਪੁਰ ਸਾਹਿਬ ਪਹੁੰਚਦੇ ਹੈ, ਦਰਸ਼ਨ ਕਰਦੇ ਹੈ, ਉਪਦੇਸ਼ ਸੁਣਦੇ ਹੈ, ਰਾਤ ਨੂੰ ਰੁਕਦੇ ਹੈ, ਰਾਤ ਨੂੰ ਸੋ ਜਾਂਦੇ ਹੈ, ਅੰਮ੍ਰਿਤ ਵੇਲੇ ਉੱਠਦੇ ਹੈ ਇਸ਼ਨਾਨ ਪਾਨ ਕਰਨ ਹਿੱਤ, ਕੀ ਵੇਖਦੇ ਹੈ ਕਿ ਇੱਕ ਬੀਬੀ ਝਾੜੂ ਲਗਾ ਰਹੀ ਹੈ, ਦੀਵੇ ਦੀ ਨਿੰਮੀ ਨਿੰਮੀ ਲੋ ਉਹਦੇ ਮੁੱਖ 'ਤੇ ਪੈ ਰਹੀ ਹੈ। ਭਾਈ ਲਹਿਣਾ ਜੀ ਨੇ ਸ਼ਾਇਦ ਆਪਣੀ ਸਾਰੀ ਉਮਰ ਵਿੱਚ ਐਸੀ ਇਸਤਰੀ ਨੂੰ ਨਾ ਦੇਖਿਆ ਹੋਵੇ, ਦੇਖਣ ਨੂੰ ਲੱਗਦਾ ਜਿਵੇਂ ਕੋਈ ਦੇਵੀ ਹੈ। ਕੋਲ ਗਏ ਅਤੇ ਪੁੱਛਿਆ, ਬੀਬੀ ਤੂੰ ਕੌਣ ਹੈ, ਤੇਰੇ ਵਰਗਾ ਰੂਪ ਮੈਂ ਅੱਜ ਤੱਕ ਕਿਸਦਾ ਨਹੀਂ ਦੇਖਿਆ, ਤੂੰ ਹੈ ਕੌਣ? ਉਹ ਕਹਿਣ ਲੱਗੇ, ਭਾਈ ਗੁਰਮੁਖਾ, ਮੈਂ ਉਹੀ ਹਾਂ ਜਿਹਦੇ ਕੋਲ ਤੂੰ ਹਰ ਸਾਲ ਆਉਣਾ ਚੱਲ ਕੇ ਪਹਾੜਾਂ 'ਤੇ, ਅਰਥਾਤ ਮੈਂ ਉਹੀ ਦੇਵੀ ਜਵਾਲਾ। ਤੂੰ ਦੇਵੀ ਜਵਾਲਾ ਹੈ ਤਾਂ ਫਿਰ ਇੱਥੇ ਕੀ ਕਰਦੀ ਪਈ ਹੈ? ਉਹ ਕਹਿੰਦੀ, ਸੰਸਾਰ ਦੇ ਲੋਕ ਆਉਂਦੇ ਹੈ ਮੇਰੇ ਕੋਲ ਬੜੀ ਸ਼ਰਧਾ ਦੇ ਨਾਲ, ਬੜੀ ਕਾਮਨਾ ਦੇ ਨਾਲ। ਹੁਣ ਉਹ ਮੇਰੇ ਤੋਂ ਮੰਗਦੇ ਆ ਸੰਸਾਰ ਦੇ ਪਦਾਰਥ, ਤੇ ਮੇਰੇ ਵਿੱਚ ਇੰਨੀ ਸ਼ਕਤੀ ਨਹੀਂ ਕਿ ਮੈਂ ਆਪਣੀ ਸ਼ਕਤੀ, ਨਿੱਜ ਸ਼ਕਤੀ ਦੇ ਨਾਲ ਉਹਨਾਂ ਦੀਆਂ ਇੱਛਾਵਾਂ ਪੂਰੀਆਂ ਕਰ ਸਕਾਂ। ਮੇਰੇ ਕੋਲ ਇੰਨੀਆਂ ਬਰਕਤਾਂ ਨਹੀਂ ਹੈਗੀਆਂ, ਮੈਂ ਕੀ ਕਰਦੀ ਹਾਂ, ਇਸ ਖੁਦਾ ਦੇ ਦਰ 'ਤੇ ਆ ਕੇ ਝਾੜੂ ਲਗਾਉਣੀ ਹੈ, ਜੋ ਕੂੜਾ ਕਰਕਟ ਇਕੱਠਾ ਹੁੰਦਾ ਨਾ ਆਪਣੀ ਝੋਲੀ 'ਚ ਪਾ ਕੇ ਲੈ ਜਾਂਦੀ ਹਾਂ, ਅਤੇ ਫਿਰ ਵੰਡਦੀ ਰਹਿੰਦੀ ਹਾਂ ਸਾਰਿਆਂ ਨੂੰ, ਜਦੋਂ ਤੱਕ ਉਹ ਖਤਮ ਨਹੀਂ ਨਾ ਹੁੰਦੇ, ਫਿਰ ਉਹ ਤੱਕ ਮੈਂ ਲੱਗੀ ਰਹਿੰਦੀ ਹਾਂ, ਫਿਰ ਮੈਂ ਦੁਬਾਰਾ ਆ ਜਾਂਦੀ ਹਾਂ। ਅਰਥਾਤ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਦਰ ਦਾ ਕੂੜਾ ਦੇਵੀ ਦੇਵਤੇ ਆਪਣੀ ਝੋਲੀਆਂ ਦੇ ਵਿੱਚ ਪਾ ਕੇ ਲੋਕਾਂ ਨੂੰ ਤਿਣਕਾ ਤਿਣਕਾ ਵੰਡਦੇ ਨੇ। ਇਸੇ ਤਰ੍ਹਾਂ ਸੰਤਾਂ ਮਹਾਤਮਾ ਦੇ ਚਰਨਾਂ ਦੀ ਧੂੜ ਅਰਥਾਤ ਪੈਰਾਂ ਦਾ ਰੇਤਾ ਤੀਰਥ ਆਪਣੇ ਸਪਰਸ਼ ਕਰਦੇ ਹੈ ਨਿਰਮਲ ਹੋਣ ਵਾਸਤੇ। ਹੁਣ ਇੱਥੇ ਸਾਧ ਸੰਗਤ ਜੀ, ਗੱਲ ਕੂੜੇ ਜਾਂ ਧੂੜ ਦੀ ਨਹੀਂ ਹੈਗੀ, ਗੱਲ ਹੈਗੀ ਮਹਾਨਤਾ ਦੀ, ਈਸ਼ਵਰ ਪਰਮਾਤਮਾ ਦੇ ਸਿਮਰਨ ਦੀ ਮਹਾਨਤਾ, ਕਿ ਜਿਨ੍ਹਾਂ ਨੇ ਸਿਮਰਨ ਕੀਤਾ। ਇੱਕ ਬ੍ਰਾਹਮਣ ਕੁਮਾਰ ਜਿੱਦਾਂ ਕਿ ਬਚਪਨ ਤੋਂ ਇੱਕ ਨੇਮ ਬਣਿਆ ਕਿ ਹਰ ਪੂਰਨਮਾਸ਼ੀ ਨੂੰ ਗੰਗਾ ਇਸ਼ਨਾਨ ਕਰਨਾ ਹੀ ਕਰਨਾ, ਮੈਂ ਉਹ ਜਾਂਦਾ ਗੰਗਾ ਇਸ਼ਨਾਨ ਕਰਦਾ ਅਤੇ ਵਾਪਸ ਆ ਜਾਂਦਾ। ਇੱਕ ਦਿਨ ਗੰਗਾ ਇਸ਼ਨਾਨ ਕਰਕੇ ਵਾਪਸ ਆ ਰਿਹਾ, ਕਿਸੇ ਕਾਰਨ ਕਰਕੇ ਲੇਟ ਹੋ ਗਿਆ, ਲੇਟ ਤੁਰਿਆ। ਹਜੇ ਗੰਗਾ ਤੋਂ ਤੁਰੇ ਨੂੰ ਉਸਨੂੰ ਥੋੜ੍ਹਾ ਹੀ ਸਮੇਂ ਹੋਇਆ ਕਿ ਜੰਗਲ ਦੇ ਵਿੱਚ ਰਾਤ ਪੈ ਗਈ। ਉਹਨੇ ਸੋਚਿਆ ਕਿ ਜੰਗਲ ਦੇ ਵਿੱਚ ਬੜੇ ਹਿੰਸਕ ਜਾਨਵਰ ਹੁੰਦੇ ਆ, ਕੋਈ ਹਮਲਾ ਨਾ ਕਰ ਦੇਵੇ, ਨੁਕਸਾਨ ਨਾ ਕਰ ਦੇਵੇ, ਅਤੇ ਕੋਈ ਸੁਰੱਖਿਅਤ ਜਗ੍ਹਾ ਹੋਵੇ ਤਾਂ ਮੈਂ ਰੁਕਾਂ। ਥੋੜ੍ਹਾ ਸੱਜੇ ਖੱਬੇ ਗਿਆ ਅਤੇ ਇੱਕ ਕੁਟੀਆ, ਇੱਕ ਛੰਨ ਨਜ਼ਰ ਆਈ, ਉਹਦੇ ਅੰਦਰ ਚਲੇ ਗਿਆ। ਇੱਕ ਰੱਬ ਦਾ ਪਿਆਰਾ ਬੈਠਾ ਚੌਕੜਾ ਮਾਰ ਕੇ ਸ਼ਬਦ ਦਾ ਜਾਪ ਕਰਦਾ, ਇੱਕ ਓਅੰਕਾਰ।
ਜਪ ਰਿਹਾ। ਇਹ ਬ੍ਰਾਹਮਣ ਜਾ ਕੇ ਕੋਲ ਬੈਠਾ, ਕੁਛ ਸਮੇਂ ਬਾਅਦ ਉਹਦੀ ਸਮਾਧੀ ਖੁੱਲ੍ਹੀ, ਉਹਨੂੰ ਸਾਰੀ ਗੱਲ ਦੱਸੀ। ਕਹਿੰਦੇ ਜੀ ਆਇਆਂ ਨੂੰ ਅਤਿਥੀ ਦੇਵੋ ਭਵਾ, ਅਰਥਾਤ ਅਤਿਥੀ ਦਾ ਭਗਵਾਨ ਦਾ ਰੂਪ ਹੁੰਦਾ, ਆ ਜਾਓ ਜੀ। ਜੋ ਕੁਝ ਉਹਦੇ ਕੋਲ ਸੀਗਾ ਉਸ ਮਹਾਂਪੁਰਸ਼ ਨੇ ਉਹਨੂੰ ਛਕਾਤਾ ਅਤੇ ਕਹਿੰਦੇ ਜੀ ਇਸ਼ਨਾਨ ਪਾਣੀ ਕਰ ਲਓ, ਭਾਵੇਂ ਆਰਾਮ ਕਰ ਲਓ, ਤੁਹਾਡੀ ਮਰਜ਼ੀ ਹੈ। ਉਹ ਕਹਿੰਦਾ ਇਸ਼ਨਾਨ ਮੈਂ ਕਰਕੇ ਹੁਣ ਮੈਂ ਸੌਂਗਾ। ਥੋੜ੍ਹੇ ਸਮੇਂ ਬਾਅਦ ਇਕੱਠੇ ਹੋਏ, ਗੱਲਬਾਤ ਕਰਨ ਲੱਗੇ। ਧਾਰਮਿਕ ਬੰਦੇ ਸੀ, ਧਰਮ ਦੀ ਗੱਲ ਕਰਨੀ ਸੀ। ਧਾਰਮਿਕ ਵਾਰਤਾ ਕਰਦੇ ਕਰਦੇ ਉਸ ਬ੍ਰਾਹਮਣ ਨੇ ਉਸ ਮਹਾਂਪੁਰਸ਼ ਨੂੰ ਕਿਹਾ ਕਿ ਤੁਹਾਡੀ ਬਹੁਤ ਹੀ ਚੰਗੀ ਕਿਸਮਤ ਹੈ, ਅੱਛੀ ਕਿਸਮਤ ਹੈ ਕਿ ਦੇਖੋ ਮੈਂ ਮਹੀਨੇ ਵਿੱਚ ਇੱਕ ਵਾਰ ਇਸ਼ਨਾਨ ਕਰਨਾ ਨਾ, ਕਿਉਂਕਿ ਬੜੀ ਦੂਰ ਗੰਗਾ ਤੋਂ ਰਹਿਣਾ, ਤੁਹਾਡਾ ਤਾਂ 2 ਕੁ ਮੀਲ ਦਾ ਹੀ ਸਫ਼ਰ ਹੈ, ਤੁਸੀਂ ਤਾਂ ਪਤਾ ਨਹੀਂ ਮਹੀਨੇ 'ਚ ਕਿੰਨੇ ਵਾਰ ਇਸ਼ਨਾਨ ਕਰਦੇ ਹੋਵੋਗੇ। ਉਹ ਮਹਾਂਪੁਰਸ਼ ਕਹਿਣ ਲੱਗੇ ਭਾਈ ਅਸੀਂ ਤੈਨੂੰ ਸੱਚ ਕਹਿੰਦੇ, ਅਸੀਂ ਤਾਂ ਅੱਜ ਤੱਕ ਗਏ ਹੀ ਨਹੀਂ ਇਸ਼ਨਾਨ ਕਰਨ। ਹੈਂ, ਤੁਸੀਂ ਅੱਜ ਤੱਕ ਗੰਗਾ ਇਸ਼ਨਾਨ ਨਹੀਂ ਕੀਤਾ? ਕਹਿੰਦੇ ਨਾ। ਕਹਿੰਦੇ ਮੇਰਾ ਤਾਂ ਪ੍ਰਣ ਸੀ ਕਿ ਜਿਸ ਬੰਦੇ ਨੇ ਜੀਵਨ 'ਚ ਕਦੀ ਵੀ ਗੰਗਾ ਇਸ਼ਨਾਨ ਨਾ ਕੀਤਾ ਹੋਵੇ ਮੈਂ ਉਹਦੇ ਹੱਥ ਦਾ ਅੰਨ ਜਲ ਨਹੀਂ ਗ੍ਰਹਿਣ ਕਰਨਾ, ਮੇਰਾ ਤਾਂ ਪ੍ਰਣ ਟੁੱਟ ਗਿਆ। ਚਲੋ ਅਣਜਾਣੇ ਵਿੱਚ ਹੋਇਆ, ਹੁਣ ਜਾਣ ਬੁੱਝ ਕੇ ਤਾਂ ਮੈਂ ਨਹੀਂ ਕਰ ਸਕਦਾ ਨਾ ਗਲਤੀ। ਤੂੰ ਗੰਗਾ ਵਿਮੁੱਖ ਹੈ, ਉੱਠਿਆ ਕਹਿੰਦਾ ਮੈਂ ਤੇਰੇ ਕੋਲ ਰਾਤ ਨਹੀਂ ਰਹਿੰਦਾ। ਉਹ ਚਲੇ ਗਿਆ ਕੁਟੀਆ ਛੱਡ ਕੇ। ਹੁਣ ਬਾਹਰ ਹਿੰਸਕ ਜਾਨਵਰ ਨੇ, ਆਵਾਜ਼ਾਂ ਆ ਰਹੀਆਂ ਹੈਗੀਆਂ ਸੱਜੇ ਖੱਬੇ ਤੋਂ, ਉਹ ਡਰ ਗਿਆ। ਇਹ ਬਹੁਤੇ ਹੁੰਦੇ ਵੀ ਡਰਪੋਕ ਨੇ, ਪੰਡਿਤ ਛੇਤੀ ਡਰ ਜਾਂਦੇ ਆ। ਜਿਵੇਂ ਇਹ ਕਹਾਵਤ ਹੈ ਕਿ ਬੰਗਾਲੀਆਂ ਦੀ ਧੋਤੀ ਹਮੇਸ਼ਾ ਢਿੱਲੀ ਰਹਿੰਦੀ ਹੈ, ਇਹ ਡਰਦੇ ਬਹੁਤ ਨੇ। ਉਹ ਛੰਨ ਦੇ ਦੁਆਲੇ ਰਿਹਾ। ਅੰਮ੍ਰਿਤ ਵੇਲਾ ਹੋਇਆ, ਕੀ ਵੇਖਿਆ? 4 ਗਊਆਂ ਕਾਲੇ ਰੰਗ ਦੀਆਂ ਤੁਰੀਆਂ ਆ ਰਹੀਆਂ। ਕੁਟੀਆ ਦੇ ਬਾਹਰ ਇੱਕ ਖੱਡਾ ਸੀ ਅਤੇ ਉਹਦੇ ਵਿੱਚ ਪਾਣੀ ਸੀਗਾ, ਜਿਵੇਂ ਇਸ਼ਨਾਨ ਕਰੇ ਦਾ ਪਾਣੀ ਜਾਂਦਾ ਹੋਵੇ। ਉਹ ਗੰਗਾ ਇਹਦੇ ਕੋਲ, ਉਹ ਗਊਆਂ ਇਹਦੇ ਕੋਲ ਦੀ ਲੰਘੀਆਂ ਕਾਲੇ ਰੰਗ ਦੀਆਂ, ਅਤੇ ਉਸ ਪਾਣੀ ਦੇ ਵਿੱਚ ਜਦੋਂ ਉਹ ਸਾਧ ਸੰਗਤ ਜੀ ਨਹਾਤੀਆਂ ਨਾ, ਟੁੱਬੀ ਮਾਰੀ, ਉਹ ਕਾਲੇ ਤੋਂ ਚਿੱਟੇ ਰੰਗ ਦੀਆਂ ਹੋ ਗਈਆਂ। ਬੁੱਧੀ ਨਹੀਂ ਨਾ ਮੰਨਦੀ ਇਸ ਗੱਲ ਨੂੰ, ਦਿਮਾਗ ਨਹੀਂ ਨਾ ਮੰਨਦਾ, ਕਿਉਂਕਿ ਬਹੁਤੀਆਂ ਗੱਲਾਂ ਦਿਮਾਗ ਤੋਂ ਪਰੇ ਦੀਆਂ ਹੁੰਦੀਆਂ। ਜ਼ਰੂਰੀ ਨਹੀਂ ਹੁੰਦਾ ਕਿ ਸਭ ਪਰਮੇਸ਼ਰ ਦਾ ਦਾਰਮਦਾਰ ਸਾਡੇ ਦਿਮਾਗ ਦੇ ਵਿੱਚ ਸਮਾ ਜਾਏ। ਦਿਮਾਗ ਦੇ ਵਿੱਚ ਸਮਾ ਗਿਆ ਤਾਂ ਫਿਰ ਉਹ ਰੱਬ ਕਾਹਦਾ ਹੋਇਆ ਦੱਸੋ? ਅਗਰ ਤੂੰ ਖਿਆਲੋਂ ਮੈਂ ਆ ਗਿਆ ਤਾਂ ਖੁਦਾ ਕੈਸਾ? ਕਹਿੰਦੇ ਅਗਰ ਤੂੰ ਮੇਰੇ ਖਿਆਲਾਂ ਦੀ ਕੈਦ ਵਿੱਚ ਆ ਗਿਆ ਤਾਂ ਫਿਰ ਤੂੰ ਖੁਦਾ ਕਹੇ ਜਾ, ਫਿਰ ਤਾਂ ਤੂੰ ਗੁਲਾਮ ਹੋ ਗਿਆ ਸਾਡਾ। ਉਹ ਤੋਂ ਰਿਹਾ ਨਹੀਂ ਗਿਆ, ਉਹ ਉਹਨਾਂ 4 ਗਊਆਂ ਦੇ ਲਾਗੇ ਚਲੇ ਗਿਆ ਅਤੇ ਪਹਿਲੀ ਜਿਹੜੀ ਗਾਂ ਸੀ ਕਹਿੰਦੇ ਹਾਂ ਭਾਈ ਦੱਸ, ਉਹ ਹੈਰਾਨ ਹੋ ਗਿਆ, ਗਾਂ ਬੋਲ ਪਈ, ਗਾਂ ਕਿਤੇ ਬੋਲਦੀ ਹੈ, ਹੈਰਾਨ ਹੋ ਗਿਆ। ਕਹਿੰਦਾ ਮੈਨੂੰ ਸਮਝ ਨਹੀਂ ਆਇਆ, ਪਹਿਲਾਂ ਤੁਸੀਂ ਕਾਲੇ ਰੰਗ ਦੀਆਂ ਸੀ, ਹੁਣ ਤੁਸੀਂ ਸਫੇਦ ਰੰਗ ਦੀਆਂ। ਉਹ ਕਹਿਣ ਲੱਗੀ ਕਾਲੇ ਰੰਗ ਦੀਆਂ ਤਾਂ ਹੁੰਦੀਆਂ ਤੁਹਾਡੇ ਵਰਗਿਆਂ ਦੀ ਮਿਹਰਬਾਨੀ ਹੈ, ਸਫੇਦ ਰੰਗ ਦੀਆਂ ਤਾਂ ਹੁੰਦੀਆਂ ਇਹ ਪਰਮੇਸ਼ਰ ਦੇ ਪਿਆਰਿਆਂ ਦੀ ਕਿਰਪਾ ਹੈ। ਸਮਝਿਆ ਨਹੀਂ ਮੈਂ, ਤੁਹਾਡੇ ਵਰਗੇ ਲੋਕ ਜਿਹੜੇ ਨੇ ਦਿਨ ਰਾਤ ਪਾਪ ਅਪਰਾਧ ਕਰਦੇ ਆ, ਪਾਪ ਅਪਰਾਧ ਕਰਕੇ ਪਾਪਾਂ ਦੀ ਮੈਲ ਇਕੱਠੀ ਕਰ ਲੈਂਦੇ ਆ ਅਤੇ ਸਾਡੇ 'ਚ ਇਸ਼ਨਾਨ ਕਰਦੇ ਆ ਤਾਂ ਮੈਲ ਸਾਡੇ 'ਚ ਛੱਡ ਜਾਂਦੇ ਆ। ਅਤੇ ਸਾਡੇ 'ਚ ਇੰਨੀ ਸਮਰੱਥਾ ਨਹੀਂ ਕਿ ਤੁਹਾਡੀ ਮੈਲ ਨੂੰ ਖਤਮ ਕਰ ਦਈਏ। ਸਾਡੇ ਅੰਦਰ ਕਿਹੜਾ ਕੋਈ ਫਿਲਟਰ ਲੱਗਿਆ ਹੈ ਜਾ? ਅਸੀਂ ਫਿਰ ਰੱਬ ਦੇ ਪਿਆਰਿਆਂ ਦੀ, ਪਰਮੇਸ਼ਰ ਦੇ ਪਿਆਰਿਆਂ ਦੀ ਚਰਨ ਧੂੜੀ ਲੱਭਦੀਆਂ, ਉਸ ਚਰਨ ਧੂੜੀ ਦੇ ਵਿੱਚ ਇਸ਼ਨਾਨ ਕਰਕੇ ਮੱਜਣ ਕਰਕੇ ਸਾਡੇ ਪਾਪ ਖਤਮ ਹੋ ਜਾਂਦੇ, ਅਸੀਂ ਫਿਰ ਨਿਸ਼ਪਾਪ ਹੋ ਜਾਂਦੇ ਹਾਂ। ਹੁਣ ਸਾਧ ਸੰਗਤ ਜੇ ਸਾਖੀ ਸੱਚੀ ਹੈ ਝੂਠੀ ਹੈ ਇਹਦੇ ਚੱਕਰ 'ਚ ਨਹੀਂ ਪੈਣਾ, ਇੱਥੋਂ ਸਿਰਫ ਇੰਨੀ ਸੀਧ ਲੈਣੀ ਹੈ ਕਿ ਤੀਰਥਾਂ ਤੋਂ ਜ਼ਿਆਦਾ ਸ੍ਰੇਸ਼ਟਾਂ ਗੁਰਮੁੱਖਾਂ ਗੁਰਸਿੱਖਾਂ ਦੀ ਹੈਗੀ, ਰੱਬ ਦੇ ਪਿਆਰਿਆਂ ਦੀ ਹੈ। ਗੰਗਾ ਯਮੁਨਾ ਗੋਦਾਵਰੀ ਸਰਸਵਤੀ ਤੇ ਕਰੈ ਉੱਦਮ ਧੂਰ ਸਾਧੂ ਕੀ ਤਾਈ, ਕਹਿੰਦੇ ਇਹ ਨਦੀਆਂ ਜਿਨ੍ਹਾਂ 'ਤੇ ਇਸ਼ਨਾਨ ਕਰਨ ਵਾਸਤੇ ਲੋਕ ਉੱਦਮ ਕਰਦੇ ਹੈ, ਇਹ ਖੁਦ ਉੱਦਮ ਕਰਦੀਆਂ ਕਿ ਰੱਬ ਦਾ ਪਿਆਰਾ ਮਿਲ ਜਾਵੇ, ਉਹਦੇ ਚਰਨਾਂ ਦੀ ਧੂੜ
ਉਹਨਾਂ ਦੀ ਧੂੜ ਸਾਨੂੰ ਮਿਲ ਜਾਵੇ, ਕਿਉਂਕਿ ਕਿਲਵਿਕ ਮੈਲ ਭਰੇ ਭਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਤੁਰ ਗਵਾਏ। ਇੰਨੀ ਮਹਾਨਤਾ ਰੱਬ ਦੇ ਪਿਆਰਿਆਂ ਦੀ। ਕਹਿੰਦੇ ਸੰਤਾਂ ਮਹਾਤਮਾ ਨੂੰ ਮੰਨੋ ਨਾ, ਹੱਦ ਹੋ ਗਈ। ਬੰਦੇ ਨੂੰ ਬੰਦਾ ਮੰਨ ਸਕਦੇ ਹੋ, ਇਸਤਰੀ ਨੂੰ ਇਸਤਰੀ ਮੰਨ ਸਕਦੇ ਹੋ, ਮੱਝ ਨੂੰ ਮੱਝ ਮੰਨ ਸਕਦੇ ਹੋ, ਕੁੱਤੇ ਨੂੰ ਕੁੱਤਾ ਮੰਨ ਸਕਦੇ ਹੋ, ਬਿੱਲੀ ਨੂੰ ਬਿੱਲੀ ਮੰਨ ਸਕਦੇ ਹੋ, ਦਰਖਤ ਨੂੰ ਦਰਖਤ ਮੰਨ ਸਕਦੇ ਹੋ, ਸੰਤ ਨੂੰ ਸੰਤ ਕਿਉਂ ਨਹੀਂ ਮੰਨ ਸਕਦੇ ਭਾਈ? ਸੰਤ ਸ਼ਬਦ ਨਾਲ ਇੰਨੀ ਐਲਰਜੀ ਕਿਉਂ ਹੈਗੀ? ਸਾਧ ਸ਼ਬਦ ਨਾਲ ਜੇ ਇੰਨੀ ਐਲਰਜੀ ਹੈ ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਕਹਿਣਾ ਸੀ ਨਾ ਸੱਤਵੀਂ ਅਸ਼ਟਪਦੀ ਲਿਖੀ ਕਿਉਂ ਹੈ ਫਿਰ? ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੇ ਸੋ ਮੁਕਤਾ ਹੋਏ। ਸੁਣ ਮੀਤਾ ਨਾਨਕ ਬਿਨਵੰਤਾ, ਸਾਧ ਜਿਨਾ ਕੀ ਅਚ ਰਜ ਕਥਾ। ਨਾਨਕ ਸਾਧ ਪ੍ਰਭ ਭੇਦ ਨਾ ਪਾਈ, ਸਾਧ ਕੀ ਮਹਿਮਾ ਵੇਦ ਨਾ ਜਾਣੇ। ਵੇਦ ਵੀ ਸਾਧ ਦੀ ਮਹਿਮਾ ਨਹੀਂ ਜਾਣਦੇ, ਅੱਜ ਕੱਲ੍ਹ ਦੇ ਕਿਤਾਬੀ ਕੀੜੇ ਜਾਣਨਗੇ? ਆਪ ਬੰਦਗੀ ਕਰਨੀ ਨਹੀਂ ਅਤੇ ਬੰਦਗੀ ਕਰਨ ਵਾਲੇ 'ਤੇ ਉਂਗਲ ਚੁੱਕਣੀ। ਹਾਂ, ਦੰਬੀਆਂ ਪਖੰਡੀਆਂ ਦੀ ਗੱਲ ਸਾਧ ਸੰਗਤ ਜੋ ਆਪਾਂ ਨਹੀਂ ਕਰਦੇ, ਕਿਉਂਕਿ ਉਹ ਸਾਧੂ ਹੁੰਦੇ ਹੀ ਨਹੀਂ। ਪਿੰਗਲ ਪਰਵਤ ਪਾਰ ਪਰੇ ਖਲ ਚਤਰ ਬਕੀਤਾ, ਅੰਧਲੇ ਤਰੇ ਪਵਨ ਸੂਝਿਆ, ਗੁਰ ਭੇਟ ਪੁਨੀਤਾ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਐਸੇ ਰੱਬ ਦੇ ਪਿਆਰੇ। ਅਠ ਸੜ ਤੀਰਥ ਮੱਜਨ ਨਾਈ, ਕਹਿੰਦੇ ਉਹ ਮਨੁੱਖ 68 ਤੀਰਥਾਂ 'ਚ ਇਸ਼ਨਾਨ ਕਰਨ ਦਾ ਫਲ ਪ੍ਰਾਪਤ ਕਰ ਲੈਂਦਾ। ਕਿਹੜਾ? ਸਤ ਸੰਗਤ ਕੀ ਧੂਰ ਪਾਰੀ ਉਡ ਨੇਤਰੀ, ਸਭ ਦੁਰਮਤ ਮੈਂ ਲਗਵਾਈ। ਜਿਹੜਾ ਸਤ ਸੰਗਤ ਦੇ ਵਿੱਚ ਆ ਜਾਵੇ, ਆ ਗੁਰਦੁਆਰਾ ਸਾਹਿਬ ਜਦੋਂ ਤੁਸੀਂ ਆਉਂਦੇ ਹੋ ਨਾ, ਬਹੁਤੇ ਗੁਰਦੁਆਰਾ ਸਾਹਿਬ ਤੁਸੀਂ ਵੇਖਦੇ ਹੋ, ਪੈਰ ਧੋਣ ਵਾਸਤੇ ਇੱਕ ਚਲਾ ਇੱਕ ਟੱਪ ਜਿਹਾ ਬਣਿਆ ਹੁੰਦਾ, ਕੁੰਡ ਜਿਹਾ ਬਣਿਆ ਹੁੰਦਾ, ਉੱਥੇ ਸੰਗਤ ਆਪਣੇ ਪੈਰ ਧੋਂਦੀ ਹੈ। ਉਹਦਾ ਕਾਰਨ ਹੁੰਦਾ ਹੈ ਕਿ ਬਾਹਰੋਂ ਆਉਂਦੇ ਹੈਗੇ ਪੈਰ ਗੰਦੇ ਮੰਦੇ ਹੁੰਦੇ, ਮਿੱਟੀ ਵਾਲੇ ਹੁੰਦੇ ਆ, ਕਈਆਂ ਸਮੈਲ ਹੁੰਦੀ ਹੈ, ਜਦੋਂ ਆਪਾਂ ਸੋਕਸ ਵਗੈਰਾ ਜਰਾਬਾਂ ਬੂਟ ਵਗੈਰਾ ਪਾਉਂਦੇ ਹਾਂ ਥੋੜ੍ਹੇ ਸਾਫ਼ ਹੋ ਜਾਂਦੇ ਆ। ਇਹੀ ਗੱਲ ਹੈ ਨਾ ਕਿ ਪੈਰ ਸਾਫ਼ ਕਰਕੇ ਆਈਏ, ਹੱਥ ਸਾਫ਼ ਕਰਕੇ ਆਈਏ। ਪਰ ਸਾਧ ਸੰਗਤ ਜੀ, ਜਦੋਂ ਸੰਗਤ ਉਸ ਜਗ੍ਹਾ 'ਤੇ ਆਪਣੇ ਪੈਰ ਧੋਂਦੀ ਹੈ ਨਾ, ਅਤੇ ਕਈ ਸੰਗਤਾਂ ਐਸੀਆਂ ਉਹਦੇ ਵਿੱਚੋਂ ਚੂੜਾ ਲੈ ਕੇ ਪੀ ਲੈਂਦੀਆਂ ਗੀਆਂ, ਕਹਿੰਦੇ ਚਰਨ ਧੂੜ ਹੈ। ਅੱਜ ਕੱਲ੍ਹ ਦੇ ਪੜ੍ਹੇ ਲਿਖੇ ਕਿਤਾਬੀ ਕੀੜੇ ਕਹਿੰਦੇ ਤਾਂ ਮਨ ਮਤ ਹੈ, ਮੈਂ ਇਹ ਨਹੀਂ ਕਹਿੰਦਾ ਪੀਓ ਜਾਂ ਨਾ ਪੀਓ, ਨਾ ਮੈਂ ਸਮਰਥਨ ਕਰਦਾ ਨਾ ਮੈਂ ਖੰਡਨ ਕਰਦਾ, ਪਰ ਜਿਨ੍ਹਾਂ ਦੀ ਸ਼ਰਧਾ ਹੈਗੀ ਹੈ ਉਹਨੂੰ ਅਸੀਂ ਰੋਕ ਸਕਦੇ ਹਾਂ। ਹੰਕਾਰ ਦੂਰ ਹੁੰਦਾ ਬੰਦੇ ਦਾ, ਇਹ ਵੈਸੇ ਨਹੀਂ ਕਿਸੇ ਅੱਗੇ ਝੁੱਕੇ ਰਾਜੀ। ਜਿਹੜਾ ਸਾਧ ਸੰਗਤ ਜੀ ਚਰਨ ਧੂੜ ਪੀਂਦੇ, ਇਹਦੇ ਅੰਦਰ ਦਾ ਹੰਕਾਰ ਦੂਰ ਹੁੰਦਾ ਗਾ। ਕਹਿੰਦੇ ਅੱਠ ਸੜ ਤੀਰਥਾਂ ਦਾ ਫਲ ਮਿਲ ਜਾਂਦਾ ਹੈ ਜਿਹੜਾ ਮਨੁੱਖ ਸਤ ਸੰਗਤ ਦੀ ਚਰਨ ਧੂੜ ਪ੍ਰਾਪਤ ਕਰ ਲੈਂਦਾ ਹੈ, ਉਹਦੀ ਦੁਰਮਤ ਮੈਲ ਸਭ ਦੂਰ ਹੋ ਜਾਂਦੀ ਹੈ। ਸੰਗਤ ਦੀ ਚਰਨ ਧੂੜ ਕੀ ਹੈ? ਸੰਗਤ ਪ੍ਰਤੀ ਸ਼ਰਧਾ ਰੱਖੇ, ਸੰਗਤ ਪ੍ਰਤੀ ਪ੍ਰੇਮ ਰੱਖੇ। ਸੰਗਤ ਅਰਥਾਤ ਇੱਕ ਨਹੀਂ ਸਾਰੇ, ਰੱਬ ਦੇ ਪ੍ਰਤੀ ਸ਼ਰਧਾ ਨਹੀਂ ਹੈ ਕਿ ਚੱਲ ਗਿਆ ਕੰਮ, ਕੋਈ ਚੱਕਰ ਨਹੀਂ। ਗੁਰੂ ਦੇ ਪ੍ਰਤੀ ਸ਼ਰਧਾ ਨਹੀਂ ਨਾ ਇਹ ਗੁਸਤਾਖੀ ਮਾਰਨ ਮਾਫ ਕਰਨਾ ਤਾਂ ਵੀ ਚੱਲ ਜੂ ਕੰਮ, ਪਰ ਸਤ ਸੰਗਤ ਤੋਂ ਕਦੇ ਬੇਮੁੱਖ ਨਹੀਂ ਹੋਣਾ। ਰੱਬ ਦੀ ਪ੍ਰਥਾਏ ਕੀਤੀ ਗਲਤੀ ਨੂੰ ਗੁਰੂ ਮਾਫ ਕਰ ਦੇਗਾ, ਕਰਵਾ ਦੇਗਾ। ਗੁਰੂ ਦੇ ਪ੍ਰਤੀ ਗਲਤੀ ਹੋ ਗਈ, ਸਤ ਸੰਗਤ ਮਾਫ ਕਰਵਾ ਦੇਗੀ। ਅਗਰ ਸਤ ਸੰਗਤ ਪ੍ਰਤੀ ਗਲਤੀ ਹੋ ਗਈ, ਨਾ ਗੁਰੂ ਨੇ ਮਾਫ ਕਰਨੀ ਨਾ ਰੱਬ ਨੇ ਮਾਫ ਕਰਨੀ ਹੈਗੀ। ਭਾਈ ਗੁਰਦਾਸ ਜੀ ਨੇ ਸਾਖੀ ਪੜ੍ਹੀ ਨਾ, ਸੁਣੀ ਹੋਏਗੀ। ਇੱਕ ਮਾਈ ਹੈ ਭਾਗਾਂ, ਮਾਈ ਭਾਗਾ, ਉਹ ਗਰੀਬੜੀ ਮਾਈ ਹੈ, ਬੜੀ ਸ਼ਰਧਾ ਵਾਲੀ ਮਾਈ ਹੈ। ਉਸਨੇ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬਰੀਕ ਤਾਣੀ ਦਾ ਸਾਧ ਸੰਗਤ ਜੀ 40 ਗਜ਼ ਦਾ ਕੱਪੜਾ ਬੁਣਿਆ ਆਪਣੇ ਹੱਥੀਂ। ਪਹਿਲਾਂ ਕਪਾਹ ਬੀਜੀ, ਫਿਰ ਸਾਰੀ ਮਿਹਨਤ ਕੀਤੀ, ਫਿਰ ਕੱਤਿਆ, ਫਿਰ ਉਹਨੂੰ ਬੁਣਿਆ, ਫਿਰ ਕੱਪੜਾ ਵਗੈਰਾ ਤਿਆਰ, ਸਾਰਾ ਕੁਝ ਆਪਣੇ ਹੱਥੀਂ ਕਰਾਇਆ। ਅਤੇ ਜਦੋਂ ਤਿਆਰ ਹੋ ਗਿਆ ਨਾ, ਆਪਣੇ ਸਿਰ 'ਤੇ ਰੱਖਿਆ ਅਤੇ ਤੁਰ ਪਈ ਸ਼੍ਰੀ ਹਰਿਮੰਦਰ ਸਾਹਿਬ। ਤੁਸੀਂ ਦੇਖਿਆ ਹੋਏਗਾ ਪੁਰਾਤਨ ਸਮੇਂ 'ਚ ਤਾਂ ਬਹੁਤ, ਅੱਜ ਕੱਲ੍ਹ ਵੀ ਥੋੜ੍ਹਾ ਬਹੁਤ, ਕਿ ਪਿੰਡ ਦੇ ਜਿਹੜੇ ਲੋਕ ਹੁੰਦੇ ਨੇ ਨਾ, ਜਦੋਂ ਗੁਰਦੁਆਰਾ ਸਾਹਿਬ ਜਾਂਦੇ ਆ ਜਾਂ ਕੋਈ ਸਮਾਨ ਵਗੈਰਾ ਲੈ ਕੇ ਸਿਰ 'ਤੇ ਰੱਖ ਲੈਂਦੇ ਹੈਗੇ। ਸਾਨੂੰ ਸ਼ਹਿਰੀਆਂ ਤੋਂ ਸ਼ਰਮ ਆਉਂਦੀ, ਪੱਗ ਖਰਾਬ ਹੋ ਜਾਏਗੀ। ਇੱਕ ਬੰਦਾ ਕਹਿਣ ਲੱਗਿਆ, ਘਰ ਅਖੰਡ ਪਾਠ ਹੈ, ਮਹਾਰਾਜ ਜੀ ਦਾ ਸਰੂਪ ਲਿਜਾਣਾ। ਕਹਿੰਦੇ ਚਲੋ। ਗ੍ਰੰਥੀ ਸਿੰਘ ਨੇ ਕਿਹਾ, ਆ ਜਾਓ ਜੀ ਸੇਵਾ ਕਰੋ ਮਹਾਰਾਜ ਸਰੂਪ ਦੀ, ਐਸਾ ਹਰ ਰੋਜ਼ ਹੀ ਕਰਦੇ ਹਾਂ। ਕਹਿੰਦਾ ਨਹੀਂ ਭਾਈ ਸਾਹਿਬ ਤੁਸੀਂ ਚੁੱਕੋ। ਕਹਿੰਦੇ ਕਿਉਂ? ਕਹਿੰਦੇ ਮੇਰੀ ਪੱਗ ਖਰਾਬ ਹੋ ਜਾਏਗੀ, ਪੱਗ ਢਹਿ ਜਾਏਗੀ, ਹੱਦ ਹੋ ਗਈ ਹੈਗੀ। ਗੁਰੂ ਦੀ ਸੇਵਾ ਤਾਂ ਭਾਗਾਂ ਨਾਲ ਮਿਲਦੀ ਹੈ, ਪੱਗ ਫਿਰ ਉਹ ਠੀਕ ਹੋ ਸਕਦੀ ਹੈ।
ਕਹਿੰਦਾ ਨਹੀਂ ਮੇਰੀ ਪੱਗ ਖਰਾਬ ਹੋ ਜਾਏਗੀ, ਤੁਸੀਂ ਚੁੱਕ ਲਓ। ਉਹ ਪਹੁੰਚੀ ਮਾਤਾ, ਉਦੋਂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਵਿਰਾਜਮਾਨ ਹੋ ਚੁੱਕੇ ਸਨ, ਦਰਬਾਰ ਦੀ ਸਮਾਪਤੀ ਹੋ ਚੁੱਕੀ ਸੀ। ਭਾਈ ਗੁਰਦਾਸ ਜੀ ਨੂੰ ਮਿਲੀ, ਭਾਈ ਗੁਰਦਾਸ ਜੀ ਨੂੰ ਮਿਲਦੀ ਹੈ ਤਾਂ ਸਾਰੀ ਗੱਲ ਕਰਦੀ ਹੈ। ਭਾਈ ਗੁਰਦਾਸ ਜੀ ਕਹਿੰਦੇ ਮਾਤਾ ਤੂੰ ਮੈਨੂੰ ਦੇ ਦੇ, ਅਗਲੇ ਹਫ਼ਤੇ ਤੂੰ ਆ ਜਾਵੀਂ, ਮਹਾਰਾਜ ਜੀ ਦੇ ਸਰੀਰ 'ਤੇ ਇਸੇ ਕੱਪੜੇ ਦਾ ਚੋਗਾ, ਇਸੇ ਕੱਪੜੇ ਦਾ ਪਜਾਮਾ, ਇਸੇ ਕੱਪੜੇ ਦੀ ਚਾਦਰ, ਇਸੇ ਕੱਪੜੇ ਦੀ ਦਸਤਾਰ ਹੋਏਗੀ, ਇਹ ਸਾਡਾ ਬਚਨ ਹੈ। ਮਾਈ ਕਹਿੰਦੀ ਭੁੱਲ ਨਾ ਜਾਇਓ, ਮੈਂ ਗਰੀਬੜੀ ਹਾਂ, ਤੁਹਾਡੇ ਤਾਂ ਇੱਥੇ ਬਹੁਤ ਅਮੀਰ ਅਮੀਰ ਲੋਕਾਂ ਦੀਆਂ ਭੇਟਾਵਾਂ ਆਉਂਦੀਆਂ, ਚਮਕਦੀਆਂ ਚਮਕਦੀਆਂ ਆਉਂਦੀਆਂ, ਕਿਤੇ ਅਮੀਰੀ ਦੀ ਚਮਕ ਦੇ ਵਿੱਚ ਗਰੀਬ ਦਾ ਇਹ ਪ੍ਰੇਮ ਨਾ ਭੁੱਲ ਜਾ। ਮਾਤਾ ਮੈਂ ਮਹਾਰਾਜ ਦਾ ਮਾਮਾ ਲੱਗਦਾ ਅਤੇ ਮੈਂ ਮਹਾਰਾਜ ਦੇ ਸਿੱਖ ਵੀ ਹਾਂ, ਮੇਰੀ ਸ਼ਰਧਾ ਬਹੁਤ ਹੈ ਮਹਾਰਾਜ 'ਤੇ, ਮੈਂ ਡਰਦਾ ਵੀ ਹਾਂ ਮਹਾਰਾਜ ਤੋਂ, ਪ੍ਰੇਮ ਵੀ ਬਹੁਤ ਕਰਦਾ, ਮੈਂ ਭੁੱਲਾਂਗਾ ਨਹੀਂ। ਠੀਕ ਹੈ ਜੀ, ਉਹ ਚਲੀ ਗਈ ਵਿਚਾਰੀ। ਅਗਲੇ ਹਫ਼ਤੇ ਆਈ, ਨਾ ਮਹਾਰਾਜ ਦੇ ਕੋਈ ਉਹ ਜਿਹੜਾ ਉਹਨੇ ਬੀਬੀ ਨੇ ਕੱਪੜਾ ਦਿੱਤਾ ਸੀ, ਨਾ ਉਹਦਾ ਪਜਾਮਾ, ਨਾ ਚੋਗਾ, ਨਾ ਦਸਤਾਰ, ਨਾ ਹਜ਼ੂਰੀਆ, ਕੁਛ ਵੀ ਨਹੀਂ ਸੀਗਾ। ਹੁਣ ਸਾਧ ਸੰਗਤ ਜੀ, ਇਹ ਸ਼ਬਦ ਤੁਸੀਂ ਬਹੁਤ ਵਾਰ ਸੁਣਿਆ, ਇਹ ਸ਼ਬਦ ਦੀ ਵਿਚਾਰ ਆਪਾਂ ਇੱਕ ਦਿਨ 'ਚ ਨਹੀਂ, ਘੱਟੋ ਘੱਟ 2-3 ਦਿਨਾਂ 'ਚ ਕਰਾਂਗੇ। ਆਮ ਹੀ ਸ਼ਬਦ ਤੁਸੀਂ ਸੁਣਿਆ ਹੈਗਾ, ਬਹੁਤ ਪਿਆਰਾ ਸ਼ਬਦ ਹੈ, ਪਿਆਰੇ ਸ਼ਬਦ ਸਾਰੇ ਸਾਰੇ ਬੜੇ ਪਿਆਰੇ ਹੁੰਦੇ ਹੈਗੇ। ਉਹ ਮਾਤਾ ਜਦੋਂ ਪਹੁੰਚੀ, ਦੇਖ ਕੇ ਹੈਰਾਨ, ਹੈ ਆਹ ਕੀ ਹੋ ਗਿਆ, ਮਹਾਰਾਜ ਜੀ ਬੈਠੇ ਹੈਗੇ, ਹੋਰ ਵੀ ਵਸਤਰ ਪਾਏ ਹੋਏ ਨੇ ਮਹਾਰਾਜ ਨੇ, ਮੇਰਾ ਕੋਈ ਵਸਤਰ ਹੀ ਨਹੀਂ ਹੈਗਾ, ਮੱਥਾ ਨਹੀਂ ਟੇਕਿਆ ਮਹਾਰਾਜ ਨੂੰ, ਕੋਲ ਹੀ ਜਾ ਕੇ ਕਹਿੰਦੀ ਗੁਰੂ ਜੀ ਦੇ ਸਿੱਖ ਝੂਠੇ ਨੇ, ਗੁਰੂ ਦੇ ਸਿੱਖ ਝੂਠੇ ਨੇ, ਗੁਰੂ ਜੀ ਦੇ ਸਿੱਖ ਝੂਠੇ ਨੇ, ਗੁਰੂ ਜੀ ਦੇ ਸਿੱਖ ਝੂਠੇ ਨੇ। ਮਾਈ ਆਹ ਕੀ ਕਰਦੀ ਹੈ ਤੂੰ, ਚੁੱਪ ਕਰਕੇ ਬਹਿ ਜਾ, ਕਥਾ ਕੀਰਤਨ ਔਰ ਰੌਲਾ ਨਾ ਪਾ, ਕਿਸੇ ਸਿੱਖ ਨੇ ਕਿਹਾ। ਉਹ ਫਿਰ ਕਹਿੰਦੇ ਗੁਰੂ ਜੀ ਦੇ ਸਿੱਖ ਝੂਠੇ ਨੇ, ਗੁਰੂ ਜੀ ਦੇ ਸਿੱਖ ਝੂਠੇ ਨੇ, ਗੁਰੂ ਜੀ ਦੇ ਸਿੱਖ ਝੂਠੇ ਨੇ। ਮਾਈ ਤੈਨੂੰ ਪਤਾ ਨਹੀਂ ਦੀਵਾਨ 'ਚ ਗੱਲਾਂ ਨਹੀਂ ਕਰੀਦੀਆਂ, ਤੂੰ ਰੌਲਾ ਪਾਈ ਜਾਣੀ, ਚੁੱਪ ਕਰ ਜਾ, ਕੀਰਤਨ ਹੋ ਰਿਹਾ ਹੈਗਾ, ਕੀਰਤਨ ਸੁਣ। ਉਹ ਫਿਰ ਕਹਿੰਦੇ ਗੁਰੂ ਜੀ ਦੇ ਸਿੱਖ ਝੂਠੇ ਨੇ, ਗੁਰੂ ਜੀ ਦੇ ਸਿੱਖ ਝੂਠੇ ਨੇ। ਗੁਰੂ ਅਰਜਨ ਦੇਵ ਮਹਾਰੇ ਕਹਿੰਦੇ ਨਹੀਂ ਭਾਈ, ਮਾਤਾ ਦੁਖੀ ਲੱਗਦੀ ਹੈ, ਮਾਤਾ ਦੀ ਗੱਲ ਸੁਣੋ, ਸਾਡੀ ਬੰਦਗੀ ਦਾ ਕੀ ਫਾਇਦਾ ਜੇ ਕੋਈ ਦੁਖੀ ਬੈਠਾ ਇੱਥੇ, ਇਹ ਤਾਂ ਦਰਬਾਰ ਦੇ ਵਿੱਚ ਆਉਣ ਦਾ ਮਤਲਬ ਹੈ ਕਿ ਸੁੱਖ ਮਿਲੇ ਸਾਰਿਆਂ ਨੂੰ, ਇਹ ਤਾਂ ਦੁਖੀ ਹੈ। ਸਤਿਗੁਰੂ ਜੀ ਕਹਿੰਦੇ ਮਾਤਾ ਦੱਸ ਕੀ ਗੱਲ ਹੈ, ਹੁਣ ਸਾਰੀ ਗੱਲ ਦੱਸੀ ਮਹਾਰਾਜ। ਮੈਂ ਪਿਛਲੇ ਹਫ਼ਤੇ 40 ਗਜ਼ ਬਰੀਕ ਸੂਤ ਦੀ ਤਾਣੀ ਦਾ ਕੱਪੜਾ ਬੁਣਿਆ ਸੀ ਆਪਣੇ ਹੱਥੀਂ, ਇਹਨੂੰ ਦੇ ਕੇ ਗਈ ਹਾਂ, ਅਤੇ ਇਹਨੇ ਮੈਨੂੰ ਬਚਨ ਦਿੱਤਾ ਗੁਰਦਾਸ ਨੇ ਕਿ ਗੁਰੂ ਸਾਹਿਬ ਨੂੰ ਉਸੇ ਕੱਪੜੇ ਦਾ ਚੋਗਾ, ਪਜਾਮਾ, ਚਾਦਰ ਅਤੇ ਦਸਤਾਰ ਅਗਲੇ ਹਫ਼ਤੇ ਹੋਏਗਾ। ਦੇਖੋ ਮਹਾਰਾਜ ਜੀ ਕੁਛ ਨਹੀਂ, ਭਾਈ ਗੁਰਦਾਸ ਨੂੰ ਬੁਲਾਇਆ, ਕਹਿੰਦੇ ਮਹਾਰਾਜ ਜੀ ਮਾਤਾ ਭੁੱਲਦੀ ਹੈ। ਭਾਈ ਗੁਰਦਾਸ ਜੀ ਭੁੱਲ ਹੀ ਗਏ, ਜ਼ਰੂਰੀ ਨਹੀਂ ਹੈਗਾ ਕਿ ਬੰਦੇ ਨੇ ਕੰਮ ਕੀਤਾ ਹੈ ਅਤੇ ਇੱਕੋ ਦਮ ਪੁੱਛੀਏ ਉਹ ਜਵਾਬ ਕਵੇ ਕਿ ਮੈਨੂੰ ਪਤਾ ਨਹੀਂ ਮੈਂ ਕੀਤਾ ਨਹੀਂ, ਉਹ ਝੂਠ ਮਾਰਦਾ, ਕਈ ਵਾਰ ਬੰਦਾ ਭੁੱਲ ਜਾਂਦਾ ਹੈਗਾ। ਹੁਣ ਅਸੀਂ ਸਵਾਲ ਬਣਾ ਸਵਾਰ ਕੇ ਪੁੱਛਾਂਗੇ, ਇਹਨੂੰ ਆਹ 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 ਪੁੱਛਣਾ, ਐਟ ਦੀ ਸਪੋਰਟ ਅਗਲੇ ਨੂੰ ਪੁੱਛਦੇ ਹਾਂ। ਹੁਣ ਕਈ ਵਾਰ ਨਹੀਂ ਚੇਤੇ ਰਹਿੰਦਾ, ਅਗਲਾ ਕਹਿੰਦਾ ਨਹੀਂ ਹੋਇਆ ਭਾਈ, ਹੌਲੀ ਹੌਲੀ ਚੇਤੇ ਆਉਂਦਾ, ਦਿਮਾਗ ਹੈ। ਕਹਿੰਦਾ ਮਹਾਰਾਜ ਜੀ ਮਾਤਾ ਭੁੱਲਦੀ ਹੈ, ਕਹਿੰਦੇ ਮੈਂ ਨਹੀਂ ਭੁੱਲਦੀ, ਤੂੰ ਭੁੱਲ ਦਾਂਗਾ, ਤੂੰ ਦੇਖ ਉੱਥੇ ਖੜਾ ਸੀ, ਦੀਵਾਨਾਂ ਦੇ ਸਮਾਪਤੀ ਹੋ ਗਏ, ਮੈਂ ਤੈਨੂੰ ਦੇ ਕੇ ਗਈ ਹਾਂ। ਹੁਣ ਇੱਕ ਹਫ਼ਤੇ ਵਿੱਚ ਪਤਾ ਨਹੀਂ ਕਿੰਨਾ ਹੀ ਕੱਪੜਾ ਆਇਆਗਾ। ਭਾਈ ਗੁਰਦਾਸ ਜੀ ਨੇ ਜਾ ਕੇ ਰੱਖਿਆ ਉਸ ਕਮਰੇ ਦੇ ਵਿੱਚ, ਉੱਥੇ ਕੱਪੜਿਆਂ ਦੇ ਥਾਂ ਦੇ ਥਾਂ, ਪੰਡਾਂ ਦੇ ਪੰਡਾਂ ਆ ਗਈਆਂ, ਵਿਚਾਰਾ ਥੱਲੇ ਰਹਿ ਗਿਆ, ਭੁੱਲ ਹੀ ਗਿਆ ਭਾਈ ਗੁਰਦਾਸ ਨੂੰ। ਕਹਿੰਦਾ ਮੈਂ ਨਹੀਂ ਭੁੱਲਦਾ, ਮਾਤਾ ਕਹਿੰਦੀ ਤੂੰ ਭੁੱਲਦਾ। ਹੁਣ ਗੁਰੂ ਪਿਆਰੀ ਸਾਧ ਸੰਗਤ ਜੀ, ਉਹ ਮਾਤਾ ਕਹਿੰਦੀ ਹੈ ਮਹਾਰਾਜ ਅਗਰ ਮੈਂ ਝੂਠ ਮਾਰਦੀ ਹਾਂ, ਅਗਰ ਮੈਂ ਝੂਠ ਬੋਲਦੀ ਹਾਂ, ਤਾਂ ਚੋ ਜਿਤਨੇ ਵੀ ਪਰਮੇਸ਼ਰ ਦੇ ਅਵਤਾਰ ਅੱਜ ਤੱਕ ਸੰਸਾਰ ਦੇ ਵਿੱਚ ਹੋਏ ਨੇ ਉਹਨਾਂ ਦੀ ਬੇਅਦਬੀ ਕਰਨ ਦਾ ਪਾਪ ਮੈਨੂੰ ਲੱਗ ਜਾਵੇ ਅਗਰ ਮੈਂ ਕੱਪੜਾ ਨਾ ਦਿੱਤਾ ਹੋਵੇ। ਭਾਈ ਗੁਰਦਾਸ ਜੀ ਕਹਿੰਦੇ ਮਹਾਰਾਜ ਅਗਰ ਮੈਂ ਕੱਪੜਾ ਲਿਆ ਹੋਵੇ ਨਾ, ਅਤੇ ਜਿੰਨੇ ਵੀ ਪਰਮੇਸ਼ਰ ਦੇ ਅਵਤਾਰ ਹੋਏ ਨੇ ਉਹਨਾਂ ਦੀ ਬੇਅਦਬੀ ਕਰਨ ਦਾ ਪਾਪ ਮੈਨੂੰ ਲੱਗ ਜੇ, ਮੈਂ ਕੱਪੜਾ ਨਹੀਂ ਲਿਆ। ਉਹ ਮਾਤਾ ਕਹਿੰਦੀ ਹੈ ਮਹਾਰਾਜ ਸੱਚੇ ਪਾਤਸ਼ਾਹ ਇਸ ਸੰਸਾਰ 'ਚ ਜਿੰਨੇ ਵੀ ਧਾਰਮਿਕ ਗ੍ਰੰਥ ਨੇ ਉਹਨਾਂ ਦੀ ਬੇਅਦਬੀ ਕਰਨ ਦਾ ਪਾਪ ਮੈਨੂੰ ਲੱਗੇ ਅਗਰ ਮੈਂ ਕੱਪੜਾ ਨਾ ਦਿੱਤਾ ਹੋਵੇ। ਭਾਈ ਗੁਰਦਾਸ ਜੀ ਕਹਿੰਦਾ ਮਹਾਰਾਜ ਅਗਰ ਮੈਂ ਕੱਪੜਾ ਲਿਆ ਹੋਵੇ ਤਾਂ ਮੈਨੂੰ ਪਾਪ ਲੱਗ ਜਾਵੇ। ਮਾਤਾ ਕਹਿਣ ਲੱਗੀ ਮਹਾਰਾਜ ਜਿੰਨੇ ਵੀ ਧਾਰਮਿਕ ਅਸਥਾਨ ਤੀਰਥ ਨੇ ਨਾ, ਸਾਰਿਆਂ ਦੀ ਬੇਅਦਬੀ ਕਰਨ ਦਾ ਪਾਪ ਮੈਨੂੰ ਲੱਗੇ ਅਗਰ ਮੈਂ ਕੱਪੜਾ ਨਾ ਦਿੱਤਾ ਹੋਵੇ। ਭਾਈ ਗੁਰਦਾਸ ਕਹਿੰਦੇ ਮੈਨੂੰ ਵੀ ਲੱਗ ਜਾਵੇ, ਮੈਨੂੰ ਵੀ ਲੱਗ ਜਾਏ। ਮਾਤਾ ਕਹਿਣ ਲੱਗੇ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਤੁਹਾਡੇ ਤੱਕ 5 ਗੁਰੂ ਹੋਏ ਨੇ,
ਪੰਜੇ ਗੁਰੂਆਂ ਦੀ ਬੇਅਦਬੀ ਦਾ ਪਾਪ ਮੈਨੂੰ ਲੱਗੇ ਅਗਰ ਮੈਂ ਕੱਪੜਾ ਨਾ ਦਿੱਤਾ ਹੋਵੇ। ਭਾਈ ਗੁਰਦਾਸ ਕਹਿੰਦਾ ਮਹਾਰਾਜ ਮੈਨੂੰ ਵੀ ਲੱਗ ਜਾਵੇ। ਮਾਤਾ ਕਹਿੰਦੇ ਮੈਨੂੰ ਸਾਧ ਸੰਗਤ ਦੀ ਬੇਅਦਬੀ ਦਾ ਪਾਪ ਲੱਗੇ ਅਗਰ ਮੈਂ ਕੱਪੜਾ ਲਿਆ ਦਿੱਤਾ ਨਹੀਂ ਦਿੱਤਾ। ਭਾਈ ਗੁਰਦਾਸ ਚੁੱਪ ਹੋ ਗਿਆ, ਬੋਲਿਆ ਨਹੀਂ ਗਾ। ਬੜੇ ਸਿਆਣੇ ਹੋਏ ਭਾਈ ਗੁਰਦਾਸ। ਕਹਿੰਦੇ ਭਾਈ ਗੁਰਦਾਸ ਜੀ ਦੀ ਜੋ ਬਾਣੀ ਹੈ ਨਾ, ਵਾਰਾਂ ਕਵਿਤ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਸਮਝਣ ਵਾਸਤੇ ਕੁੰਜੀ ਦਾ ਕੰਮ ਕਰਦੀਆਂ। ਜਿਹੜਾ ਉਹਨੂੰ ਪੜ੍ਹ ਲੇਗਾ ਨਾ, ਇਹਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਬੜੀ ਸੌਖੀ ਸਮਝ ਆ ਜਾਏਗੀ। ਜਿਹੜਾ ਕਹਿੰਦਾ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਹੀਂ ਪੜ੍ਹ ਕੇ ਅਰਥ ਨਹੀਂ ਪਤਾ ਲੱਗਦੇ, ਉਹ ਇੱਕ ਵਾਰ ਆਪਣੇ ਜੀਵਨ ਦੇ ਵਿੱਚ ਭਾਈ ਗੁਰਦਾਸ ਜੀ ਦੀਆਂ ਲਿਖੀਆਂ ਵਾਰਾਂ ਕਵਿਤ ਪੜ੍ਹ ਲਵੇ, ਸਮਝ ਆ ਜਾਏਗਾ ਸਾਰਾ ਕੁਝ। ਇੰਨੇ ਸੌਖੇ ਤਰੀਕੇ ਦੇ ਨਾਲ ਉਹਨਾਂ ਨੇ ਲਿਖਿਆ ਗਾ। ਜਦੋਂ ਮਾਤਾ ਨੇ ਕਿਹਾ ਮੈਨੂੰ ਸੱਤ ਸੰਗਤ ਦੇ ਅਪਮਾਨ ਦਾ ਪਾਪ ਲੱਗ ਜਾਏ, ਭਾਈ ਗੁਰਦਾਸ ਚੁੱਪ। ਕਹਿੰਦਾ ਮਹਾਰਾਜ ਮੈਂ ਆਇਆ। ਸੇਵਕਾਂ ਨੂੰ ਲਿਆ, ਉਹ ਜਿੰਨਾ ਕਮਰੇ ਸਾਰਾ ਫਰੋੜ ਲਿਆ। ਜੋ ਉਹਨੇ ਨਿਸ਼ਾਨੀਆਂ ਦੱਸੀਆਂ ਸੀ, ਕਹਿੰਦੇ ਆਹ ਨਿਸ਼ਾਨੀ ਚੇਤੇ ਰੱਖਿਓ। ਸਭ ਤੋਂ ਥੱਲੇ ਉਹ 40 ਗਜ ਦੀ ਤਾਣੀ ਕੱਪੜਾ ਉਹ ਪਿਆ। ਭਾਈ ਗੁਰਦਾਸ ਕਹਿੰਦੇ ਗਲਤੀ ਹੋ ਗਈ, ਮਾਤਾ ਸੱਚ ਕਹਿ ਰਹੀ ਸੀ। ਮੈਂ ਆਪਣੀ ਗਲਤੀ ਨੂੰ ਆ ਕੇ ਦੇਖਣ ਦੀ ਬਜਾਏ, ਲੱਭਣ ਦੀ ਬਜਾਏ ਉੱਥੇ ਬੈਂਸੀ ਗਿਆ ਗਾ। ਹੁਣ ਉਹਨੇ ਕੀ ਕੀਤਾ, 100 ਰੁਪਏ ਦਾ ਪ੍ਰਸ਼ਾਦ ਲਿਆ, ਸਤਸੰਗਤ ਦੇ ਹਜ਼ੂਰ ਗਿਆ। ਕਹਿੰਦਾ ਸਤਸੰਗਤ ਜੀ ਮੇਰੇ ਤੋਂ ਗਲਤੀ ਹੋ ਗਈ ਹੈ, ਅਤੇ ਗਲਤੀ ਵੀ ਦੱਸ ਦਿੱਤੀ ਕਿ ਮੇਰੇ ਤੋਂ ਆਹ ਗਲਤੀ ਹੋ ਗਈ ਹੈ, ਤੁਸੀਂ ਮਹਾਰਾਜ ਅੱਗੇ ਅਰਦਾਸ ਕਰ ਦਿਓ, ਮੇਰੀ ਗਲਤੀ ਮਾਫ਼ ਹੋ ਜਾਵੇ। ਸੰਗਤ ਖੜੀ ਹੋ ਗਈ, ਸੰਗਤ ਨੇ ਅਰਦਾਸਾ ਜੋਤਾ ਗੁਰੂ ਅਰਜਨ ਦੇਵ ਮਹਾਰਾਜ ਸਾਹਮਣੇ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਮੁਸਕਰਾਏ ਅਤੇ ਸੰਗਤ ਬਹਿ ਗਈ। ਕਹਿੰਦਾ ਮਹਾਰਾਜ ਆਹ ਤਾਣਾ। ਭਾਈ ਗੁਰਦਾਸ ਨੇ ਉਹ ਮਾਤਾ ਤੋਂ ਮਾਫ਼ੀ ਮੰਗੀ, ਮਹਾਰਾਜ ਤੋਂ ਮਾਫ਼ੀ ਮੰਗੀ, ਸੰਗਤ ਤੋਂ ਅਰਦਾਸਾ ਤਾਂ ਕਰਾ ਲਿਆ ਸੀ। ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਭਾਈ ਸਾਹਿਬ ਤੁਸੀਂ ਅਵਤਾਰਾਂ ਦੀ ਵੀ ਗੱਲ ਕਰਤੀ, ਕਸਮ ਖਾ ਲਈ, ਤੀਰਥਾਂ ਦੀ ਵੀ, ਗ੍ਰੰਥਾਂ ਦੀ ਵੀ, ਸੰਤਾਂ ਮਹਾਤਮਾ ਦੀ ਵੀ, ਹੋਰ ਤਾਂ ਹੋਰ ਸਾਡੀ ਵੀ ਖਸਮ ਖਾ ਲਈ, ਆ ਸਤਸੰਗਤ ਦੀ ਕਿਉਂ ਨਹੀਂ ਖਾਧੀ? ਕਹਿੰਦੇ ਮਹਾਰਾਜ ਜੀ ਜਿਹੜੀ ਗਲਤੀ ਤੀਰਥਾਂ ਅਤੇ ਗ੍ਰੰਥਾਂ 'ਤੇ ਹੋ ਜਾਵੇ ਉਹ ਤੁਸੀਂ ਮਾਫ਼ ਕਰ ਦਿਓਗੇ? ਗੁਰੂ ਮਾਫ਼ ਕਰ ਸਕਦਾ ਨਾ, ਤੁਸੀਂ ਮਾਫ਼ ਕਰ ਦਿਓਗੇ? ਤੁਹਾਡੀ ਅਗਰ ਗਲਤੀ ਹੋ ਜਾਵੇ ਤਾਂ ਸਤਸੰਗਤ ਮਾਫ਼ ਕਰਾ ਦੇਗੀ, ਜੇ ਸਤਸੰਗਤ ਦੀ ਗਲਤੀ ਹੋ ਗਈ ਉਹ ਕੌਣ ਮਾਫ਼ ਕਰਾਏਗਾ? ਮੇਰੀ ਬਾਂਦੀ ਭਗਤ ਛਡਾਵੇ, ਭਗਤਨ ਬਾਂਦੀ ਛੁੱਟੇ ਨਾ ਮੋਤੇ। ਪਰਮੇਸ਼ਵਰ ਕਹਿੰਦਾ ਮੇਰੀ ਕੋਈ ਅਵੱਗਿਆ ਕਰ ਦੇਵੇ ਮੈਂ ਮਾਫ਼ ਕਰ ਦਿਆਂਗਾ, ਅਗਰ ਮੇਰੇ ਭਗਤ ਦੀ ਕਿਸੇ ਅਵੱਗਿਆ ਕੀਤੀ ਮੈਂ ਮਾਫ਼ ਨਹੀਂ ਕਰਾਂਗਾ, ਮੈਂ ਉਸਨੂੰ ਤਹਿਸ ਨਹਿਸ ਕਰਕੇ ਰੱਖ ਦਿਆਂਗਾ, ਮੈਂ ਭਗਤ ਦਾ ਤਿਰਸਕਾਰ ਨਹੀਂ ਚੱਲ ਸਕਦਾ, ਮੈਂ ਭਗਤ ਦਾ ਤਿਰਸਕਾਰ ਨਹੀਂ ਚੱਲ ਸਕਦਾ ਗਾ। ਪੰਡਿਤ ਕਹਿੰਦੇ ਅਸੀਂ ਉੱਚੀ ਜਾਤ ਦੇ ਹਾਂ, ਇਹ ਰਵਿਦਾਸ ਨੀਵੀਂ ਜਾਤ ਦਾ ਗਾ, ਅਸੀਂ ਇਹਦੇ ਨਾਲ ਰੋਟੀ ਨਹੀਂ ਖਾਂਦੇ। ਪਰਮੇਸ਼ਵਰ ਨੂੰ ਸਾਧ ਸੰਗਤ 'ਚ ਬਹੁਤ ਬੁਰਾ ਲੱਗਿਆ, ਵੱਡੇ ਬਣੇ ਫਿਰਦੇ ਪੰਡਿਤ, ਤੁਸੀਂ ਇੱਕ ਰਵਿਦਾਸ ਦੀ ਗੱਲ ਕਰਦੇ ਹੋ, ਜਿੰਨੀਆਂ ਪੰਗਤਾਂ ਲੱਗੀਆਂ ਸੀ ਸਾਰਿਆਂ ਦੇ ਵਿੱਚ ਇੱਕ ਬੰਦੇ ਤੋਂ ਬਾਅਦ ਇੱਕ ਰਵਿਦਾਸ ਕਰ ਦਿੱਤਾ ਗਾ, ਹਰੇਕ ਦੇ ਕੋਲ ਇੱਕ ਰਵਿਦਾਸ ਬਹਿ ਗਿਆ ਗਾ, ਇੱਕ ਰਵਿਦਾਸ ਤੋਂ ਕਿੰਨੇ ਰਵਿਦਾਸ? ਪਰਮੇਸ਼ਵਰ ਆਪ ਰਵਿਦਾਸ ਜੀ ਦਾ ਰੂਪ ਧਾਰਨ ਕਰਕੇ ਬਹਿ ਗਿਆ। ਪਰਮੇਸ਼ਵਰ ਭਗਤ ਦੀ ਬੇਅਦਬੀ ਬਰਦਾਸ਼ਤ ਨਹੀਂ ਕਰ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਸਾਰੀਆਂ ਬੇਅਦਬੀਆਂ, ਸਾਰੀਆਂ ਗਲਤੀਆਂ ਤੁਸੀਂ ਮਾਫ਼ ਕਰਨੀਆਂ ਸੀ, ਜੇ ਸਤਸੰਗਤ ਦੇ ਪ੍ਰਤੀ ਮੇਰੀ ਗਲਤੀ ਹੋ ਜਾਂਦੀ ਫਿਰ ਤੁਸੀਂ ਵੀ ਨਹੀਂ ਮਾਫ਼ ਕਰਨਾ ਸੀ, ਇੰਨੀ ਸਤਸੰਗਤ ਦੀ ਮਾਨਤਾ ਹੈ। 68 ਕਹਿੰਦੇ ਤੀਰਥ 68 ਮੱਝਣ ਨਹਾਈ, 68 ਤੀਰਥਾਂ ਦੇ ਵਿੱਚ ਇਸ਼ਨਾਨ ਕਰਨ ਦਾ ਫਲ, ਸਤਸੰਗਤ ਕੀ ਧੂਰ ਪਰੀ ਉੱਡ ਨੇਤਰੀ। ਕਹਿੰਦੇ ਜੇ ਸਤਸੰਗਤ ਵਿੱਚ ਚਲੇ ਜਾਵੇ ਨਾ ਸ਼ਰਧਾ ਦੇ ਨਾਲ, ਸਤਸੰਗਤ ਜੀ ਇਹੀ ਤਾਂ ਗੱਲ ਹੈ, ਬੰਦੇ ਦੀ ਸ਼ਰਧਾ ਬਹੁਤ 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 ਮੁਸ਼ਕਲ ਬਣਦੀ ਹੈ। ਉਮਰਾਂ ਲੰਘ ਜਾਂਦੀਆਂ, ਜਨਮ ਬੀਤ ਜਾਂਦੇ, ਯੁੱਗ ਬੀਤ ਜਾਂਦੇ ਹੈ, ਕਥਾ ਕਰਨ ਵਾਲਿਆਂ ਦੀ ਅਤੇ ਕਥਾ ਸੁਣਨ ਵਾਲਿਆਂ ਦੀ ਸੰਗਤ ਪ੍ਰਤੀ ਸ਼ਰਧਾ ਹੀ ਨਹੀਂ ਬਣਦੀ ਹੈਗੀ, ਬਹੁਤ ਮੁਸ਼ਕਲ ਹੈ, ਬਹੁਤ ਮੁਸ਼ਕਲ ਹੈ। ਤਾਂ ਹੀ ਤਾਂ ਜੀਵਨ ਉੱਥੇ ਦਾ ਉੱਥੇ ਹੀ ਪਿਆ ਹੈਗਾ। ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਤਾਕਤ ਘੱਟ ਗਈ ਹੈ ਕਲਯੁੱਗ ਦੇ ਵਿੱਚ, ਜਾਂ ਵਾਈਫਾਈ ਦਾ ਕਨੈਕਸ਼ਨ ਇੱਧਰ ਉੱਧਰ ਹੋ ਗਿਆ, ਡੰਡੇ ਉੱਡ ਗਏ ਨੇ, ਇਹੋ ਜਿਹਾ ਕੁਛ ਹੋ ਗਿਆ? ਨਹੀਂ ਨਾ। ਫਿਰ ਕਿਉਂ ਨਹੀਂ ਗੱਲ ਬਣ ਰਹੀ? ਜੀਵਨ ਉੱਥੇ ਦਾ ਉੱਥੇ ਕਿਉਂ ਖੜਾ? ਬਲਕਿ ਥੱਲੇ ਚਲੇ ਜਾਂਦਾ ਹੈਗਾ। ਆਹ ਸਾਰੀ ਕਥਾ ਆਉਂਦੀ ਹੈ ਮੈਨੂੰ ਜਿਹੜੀ ਤੂੰ ਸੁਣਾ ਰਿਹਾ ਗਾ, 50 ਸਾਲ ਹੋ ਗਏ ਮੈਨੂੰ ਸੁਣਦੇ ਨੂੰ, ਆਹ ਮੇਰੇ ਤੋਂ ਅਰਥ ਜਿੱਥੇ ਮਰਜ਼ੀ ਕਰ ਲਾ, ਹੱਦ ਹੋ ਗਈ, ਹੰਕਾਰ ਲੱਦੀ ਬੈਠਾ ਗਾ। 50 ਸਾਲ ਦੇ ਵਿੱਚ ਤੂੰ ਸੁਣ ਸੁਣ ਕੇ ਕਥਾ ਕਰ ਕਰਕੇ ਤੇਰੇ 'ਚ ਨਿਮਰਤਾ ਕਿੰਨੀ ਆਈ? ਬਾਬਾ ਬੁੱਢਾ ਜੀ ਨੇ ਸਾਰੀ ਉਮਰ ਲਾ ਦਿੱਤੀ ਹੈ ਸੁਣ 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 ਕੇ
ਕਹਿੰਦਾ ਮੈਂ ਤਾਂ ਕੁਛ ਵੀ ਨਹੀਂ ਹੈਗਾ। ਕਹਿੰਦਾ ਜੇ ਗੁਰਸਾਂਗ ਪਲਟਦਾ, ਭਾਈ ਗੁਰਦਾਸ ਜੀ ਕਹਿੰਦੇ ਸਿੱਖ ਸਿਦਕ ਨਹਾਰੇ, ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਕਹਿੰਦੇ ਕੋਈ ਨਹੀਂ ਤੈਨੂੰ ਵਿਖਾਉਂਦੇ ਹਾਂਗੇ ਸਿਦਕ। ਠੀਕ ਹੈ, ਸਿੱਖ ਨੂੰ ਸਿਦਕ ਨਹੀਂ ਹਾਰਨਾ ਚਾਹੀਦਾ, ਪਰ ਗੁਰੂ ਅੱਗੇ ਥੋੜ੍ਹੀ ਅੱਡਾ ਲੈਣਾ ਚਾਹੀਦਾ। ਇਹੋ ਜਿਹੀ ਸਾਧ ਸੰਗਤ ਜੀ ਕੌਤਕ ਖੇਡਿਆ ਕਿ ਗੁਰੂ ਨੂੰ ਛੱਡ ਕੇ ਉਹਨੂੰ ਜਾਣਾ ਪੈ ਗਿਆ ਕਾਂਸ਼ੀ। ਇਤਿਹਾਸ ਆਪ ਜੀ ਸੁਣਿਆ ਲੰਮਾ। ਅਤੇ ਜਦੋਂ ਵਾਪਸ ਆਇਆ ਨਾ, ਜੇ ਗੁਰਸਾਂਗ ਪਲਟਦਾ ਸਿੱਖ ਕਿਆ ਕਰੇ ਵਿਚਾਰਾ, ਸਿੱਖ ਕੀ ਕਰ ਸਕਦਾ। ਇਹ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਹਾਨਤਾ ਜਿਹੜਾ ਕਹਿ ਦਿੱਤਾ, ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਇਸ ਮੋਸੋ ਗਰੀਬ ਕਰੋੜ ਪਰੇ, ਪੰਜਾਂ ਪਿਆਰਿਆਂ ਨੂੰ ਮਾਣ ਦੇ ਦਿੱਤਾ। ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ, ਇਹ ਤਾਂ ਪੰਜ ਪਿਆਰਿਆਂ ਨੂੰ ਮਾਣ ਦਿੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਸੰਸਾਰ ਦੇ ਵਿੱਚ ਕਰੋੜਾਂ ਹੀ ਪੰਜ ਪਿਆਰਿਆਂ ਦੇ ਜੱਥੇ ਇਕੱਠੇ ਹੋ ਜਾਣ, ਇੱਕ ਗੁਰੂ ਗੋਬਿੰਦ ਸਿੰਘ ਨਹੀਂ ਬਣਾ ਸਕਦੇ। ਕੋਈ ਬਣਾ ਸਕਦਾ? ਕੋਈ ਹੈ ਕਿਸੇ ਹਿੰਮਤ? ਨਹੀਂ ਨਾ ਬਣਾ ਸਕਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਭਾਵੇਂ ਜਿੰਨੇ ਮਰਜ਼ੀ ਵਾਰ ਪੰਜ ਪਿਆਰੇ ਸਾਥ ਦੇਣ, ਇਹ ਤਾਂ ਮਹਾਰਾਜ ਜੀ ਨੇ ਮਾਨ ਦਿੱਤਾ। ਹਨੂੰਮਾਨ ਸੀਤਾ ਦਾ ਪਤਾ ਲੈ ਕੇ ਆਇਆ ਕਿ ਸੀਤਾ ਰਾਵਣ ਦੇ ਕੋਲ ਆ। ਰਾਮਚੰਦਰ ਬੜੇ ਖੁਸ਼ ਹੋ ਗਏ, ਬਹੁਤ ਜ਼ਿਆਦਾ ਖੁਸ਼ ਹੋ ਗਏ। ਕਹਿੰਦੇ ਹਨੂੰਮਾਨ ਮੇਰਾ ਹੀ ਰੂਪ ਹੈਗਾ, ਜਿਹਨੇ ਹਨੂੰਮਾਨ ਦੇ ਦਰਸ਼ਨ ਕਰ ਲਏ ਮੇਰੇ ਦਰਸ਼ਨ ਕਰ ਲਏ। ਹੁਣ ਸਾਧ ਸੰਗਤ ਜੀ ਕਹਿਣ ਦੇ ਨਾਲ ਹਨੂੰਮਾਨ ਰਾਮਚੰਦਰ ਦੇ ਬਰਾਬਰ ਥੋੜ੍ਹੀ ਹੋ ਜਾਏਗਾ ਕਿ ਹਨੂੰਮਾਨ ਰਾਮਚੰਦਰ ਦੀ ਗੱਦੀ 'ਤੇ ਬਹਿ ਜਾਏਗਾ ਕਿ ਰਾਮਚੰਦਰ ਦੇ ਮੰਦਿਰ ਦੇ ਵਿੱਚ ਉਹ ਮੂਰਤੀ ਹਟਾ ਕੇ ਉੱਥੇ ਹਨੂੰਮਾਨ ਦੀ ਮੂਰਤੀ ਆ ਸਕਦੀ ਹੈ? ਨਹੀਂ ਨਾ ਆ ਸਕਦੀ, ਉਹ ਚਰਨਾਂ ਦੇ ਵਿੱਚ ਹੈ ਤਾਂ ਉੱਥੇ ਹੀ ਰਹੇਗਾ। ਇਹ ਤਾਂ ਰਾਮਚੰਦਰ ਦੀ ਮਹਾਨਤਾ ਹੈ ਕਿ ਉਹਨੇ ਉਹਨੂੰ ਕਹਿ ਦਿੱਤਾ ਮੇਰਾ ਰੂਪ ਹੈ। ਇਹ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਹਾਨਤਾ, ਕਹਿੰਦੇ ਮੇਰਾ ਰੂਪ ਹੈ। ਇੰਨੀ ਮਹਾਨਤਾ ਸਾਧ ਸੰਗਤ ਜੀ ਸੱਤ ਸੰਗਤ ਦੀ ਹੈ, ਵਿੱਚ ਸੰਗਤ ਹਰ ਪ੍ਰਭ ਵਸੈ ਜੀ। ਉਹ ਗੜਬੜ ਇੱਥੇ ਹੋ ਜਾਂਦੀ ਹੈ, ਸੱਤ ਸੰਗਤ ਪ੍ਰਤੀ ਸ਼ਰਧਾ ਨਹੀਂ ਬਣਦੀ ਹੈਗੀ। ਰਾਗ ਦਵੇਸ਼ ਦੇ ਅੰਦਰ ਜਿਹੜੇ ਬੀਜ ਨੇ ਨਾ, ਉਹ ਨਹੀਂ ਨਿਕਲਦੇ ਹੈਗੇ। ਜਿੰਨਾ ਚਿਰ ਸਤਸੰਗਤ ਕਰੇ ਉਨਾ ਚਿਰ ਸਾਧ ਸੰਗਤ ਜੀ ਭੁੱਲ ਜਾਵੇ, ਮੇਰਾ ਦੁਸ਼ਮਣ ਹੈ, ਮੇਰਾ ਮਿੱਤਰ ਹੈ, ਮੇਰੀ ਇਸਤਰੀ ਹੈ, ਮੇਰਾ ਭਰਾ ਹੈ, ਮੇਰਾ ਬੱਚਾ, ਕੁਛ ਵੀ, ਸਭ ਭੁੱਲ ਜਾਵੇ, ਇੱਕੋ ਗੱਲ ਕਵੇ ਕਿ ਬਾਬਾ ਨਾਨਕ ਹੈ, ਉਨਾ ਚਿਰ ਹੀ ਭੁੱਲ ਜਾਏ ਬਸ। ਜਿੰਨਾ ਚਿਰ ਗੁਰੂ ਘਰ ਆਈਏ, ਗੁਰੂ ਘਰ ਦਾ ਮਤਲਬ ਗੁਰੂ ਦੇ ਚਰਨਾਂ 'ਤੇ ਧਿਆਨ ਜੋੜੀਏ, ਉਨਾ ਚਿਰ ਭੁੱਲ ਜਾਵੇ ਮੈਂ ਹਿੰਦੂ ਹਾਂ, ਮੁਸਲਮਾਨ ਹਾਂ, ਸਿੱਖ ਹਾਂ, ਈਸਾਈ ਹਾਂ, ਪਿਓ ਹਾਂ, ਪੁੱਤਾਂ, ਇਸਤਰੀ ਹਾਂ, ਮਾਂ ਹਾਂ, ਪਿਓ ਹਾਂ, ਭੈਣ ਹਾਂ, ਉਨਾ ਚਿਰ ਸਾਧ ਸੰਗਤ ਜੀ ਕੁਛ ਵੀ ਨਾ ਚੇਤੇ ਰੱਖੇ, ਇਹਨੂੰ ਕਹਿੰਦੇ ਸੰਤ ਬਿਰਤੀ। ਕੋਈ ਵੀ ਹੋ ਸਕਦਾ, ਪੈਂਟਾਂ ਕਮੀਜ਼ਾਂ ਵਾਲੇ ਵੀ ਹੋ ਸਕਦੇ, ਕੁੜਤੇ ਪਜਾਮੇ ਵਾਲੇ ਵੀ ਹੋ ਸਕਦੇ, ਚਾਦਰਾ ਬੰਨਣ ਵਾਲੇ ਵੀ ਹੋ ਸਕਦੇ ਹੈਗੇ। ਸੰਤ ਕੋਈ ਠੱਪਾ ਥੋੜ੍ਹੀ ਲੱਗਦਾ, ਕਿਸੇ ਰਜਿਸਟਰ ਥੋੜ੍ਹੀ ਕੀਤਾ। ਸਾਧ ਨਾਮ ਨਿਰਮਲ ਜਾ ਕੇ ਕਰਮ, ਕਹਿੰਦੇ ਜਿਹਦੇ ਕਰਮ ਅੱਛੇ ਹੈਗੇ। ਸੋ ਅੱਜ ਦੇ ਦੀਵਾਨਾਂ ਤੱਕ ਸਾਧ ਸੰਗਤ ਜੀ ਆਪਾਂ ਸਿਰਫ ਕੇਂਦਰੀ ਭਾਵ ਤੱਕ ਵਿਚਾਰ ਕੀਤੀ ਹੈ ਕਿ ਸੰਸਾਰ ਦੇ ਲੋਕ ਤੀਰਥਾਂ ਨੂੰ ਲੋਚਦੇ ਹੈ ਅਤੇ ਉਹ ਤੀਰਥ ਰੱਬ ਦੇ ਪਿਆਰਿਆਂ ਦੀ ਚਰਨ ਧੂੜ ਨੂੰ ਲੋਚਦੇ ਹੈਗੇ। ਕਿਉਂ ਲੋਚਦੇ ਹੈ ਆਪਾਂ ਅੱਜ ਦੇ ਦੀਵਾਨਾਂ ਦੇ ਵਿੱਚ ਵਿਚਾਰ ਕੀਤੀ ਹੈ। ਬਾਕੀ ਸਤਿਗੁਰ ਸੱਚੇ ਪਾਤਸ਼ਾਹ ਜਾਹਰ ਨਵੀ ਤਪੈ ਭਾਗੀਰਥ ਆਣੀ, ਇਹ ਵੀ ਪ੍ਰਮਾਣ ਦੇ ਰਹੇ ਨੇ। ਕਾਂਸ਼ੀ ਕ੍ਰਿਸ਼ਨ ਚਰਾਵਤ ਗਾਉਂ, ਇਹ ਵੀ ਪ੍ਰਮਾਣ ਦੇ ਰਹੇ ਨੇ ਕਿ ਜਿਤਨੇ ਸ੍ਰਿਸ਼ਟ ਤੁਮਰੀ ਮੇਰੇ ਸਵਾਮੀ, ਇਹ ਵੀ ਪ੍ਰਮਾਣ ਦੇ ਰਹੇ ਨੇ। ਇਹਨਾਂ ਪ੍ਰਮਾਣਾਂ ਦੀ ਵਿਸਥਾਰ ਦੇ ਵਿੱਚ ਆਪਾਂ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਵਿਚਾਰ ਕਰਾਂਗੇ। ਆਓ ਜੀ, ਇੰਨੀ ਕੁ ਸੇਵਾ ਪ੍ਰਵਾਨ ਕਰਨ ਦੀ ਕਿਰਪਾਲਤਾ ਕਰਨਾ, ਸ਼ਬਦ ਨਾਲ ਜੁੜੀਏ ਕਿਉਂਕਿ ਸਾਧ ਸੰਗਤ ਜੀ ਸ਼ਬਦ ਦੇ ਨਾਲ ਜੁੜੇ ਤੋਂ ਬਿਨਾਂ ਛੁਟਕਾਰਾ ਨਹੀਂ ਆਉਣਾ। ਸੋ ਹੱਥ ਰੱਸਾ ਵੀ ਹੋਏਗਾ ਨਾ, ਗੰਢ ਤਾਂ ਫਿਰ ਵੀ ਸਿਰੇ 'ਤੇ ਆਉਣੀ, ਭਾਵੇਂ ਸਰਾਂਦੀ ਸੁਲਾ ਭਾਵੇਂ ਪਾਉਂਦੀ ਸੁਲਾ, ਲੱਕ ਦਾ ਗੱਭੀ ਆਉਣਾ। ਜਿੰਨੀ ਮਰਜ਼ੀ ਕਥਾ ਕੀਰਤਨ ਸੁਣ ਲਓ, ਕਰ ਲਓ, ਸ਼ਬਦ ਤੋਂ ਬਿਨਾਂ ਗੱਲ ਨਹੀਂ ਬਣਨੀ। ਆਓ ਇੱਕ ਦੋ ਮਿੰਟ ਸ਼ਬਦ ਨਾਲ ਜੁੜੀਏ, ਫਿਰ ਕਰੋ ਕਿਰਪਾ।